ਪਾਪਾਂ ਸਰਬੱਤ ਸੰਗਤਾਂ ਨੇ ਜਿੱਥੇ ਜਿੱਥੇ ਵੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਸਭ ਨੇ ਬੜੇ ਉੱਦਮ ਦੇ ਨਾਲ ਬੜੇ ਉਤਸ਼ਾਹ ਦੇ ਨਾਲ ਸਤਿਗੁਰਾਂ ਦੇ ਅਵਤਾਰ ਪੁਰਬ ਨੂੰ ਮਨਾਇਆ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ ਸਨ। ਇਸ ਕਰਕੇ ਸਪਾਟਾ ਨੇ ਵਚਨ ਕੀਤੇ ਕਿ ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਆ, ਉਸ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਕਹਾਏ। ਜਦੋਂ ਜਦੋਂ ਵੀ ਸਾਧ ਸੰਗਤ ਜੀ ਸੰਸਾਰ ਅਤੇ ਦੁਨੀਆਂ 'ਤੇ ਉਪਦਰਵ ਹੁੰਦਾ ਹੈ, ਦੁਨੀਆਂ 'ਤੇ ਪਾਪ ਹੁੰਦਾ ਹੈ, ਉਸ ਵੇਲੇ ਧਰਤੀ ਪੁਕਾਰਾਂ ਕਰਦੀ ਹੈ। ਫਿਰ ਧਰਤੀ ਦੀ ਪੁਕਾਰ ਕਰਨ 'ਤੇ ਅਕਾਲ ਪੁਰਖ ਵਾਹਿਗੁਰੂ ਵੱਲੋਂ ਡਿਊਟੀ ਲਾਈ ਜਾਂਦੀ ਹੈ। ਸਮੇਂ ਸਮੇਂ 'ਤੇ ਅਵਤਾਰਾਂ ਦੇਵਤਿਆਂ ਪੈਗੰਬਰਾਂ ਨੇ ਅਵਤਾਰ ਧਾਰ ਕੇ ਧਰਤੀ ਤੋਂ ਪਾਪ ਕਰਨ ਖਤਮ ਕਰਨ ਦਾ ਯਤਨ ਕੀਤਾ। ਪਰ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੇ ਆਉਣ ਦਾ ਸਮਾਂ ਹੋਇਆ, ਉਸ ਵੇਲੇ ਸਾਧ ਸੰਗਤ ਜੀ ਬਹੁਤ ਜ਼ਿਆਦਾ ਧਰਤੀ ਦੇ ਭਾਰ ਤੋਂ, ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਧਰਤੀ ਨੇ ਪੁਕਾਰਾਂ ਕੀਤੀਆਂ, ਪੁਕਾਰ ਕੇ ਸਾਧ ਸੰਗਤ ਜੀ ਉਹਨੂੰ ਕਿਹਾ ਜਾਂਦਾ ਜਦੋਂ ਕੋਈ ਪੂਰੇ ਜ਼ੋਰ ਦੇ ਨਾਲ ਕਿਸੇ ਨੂੰ ਆਵਾਜ਼ ਮਾਰਦਾ ਉਹਨੂੰ ਪੁਕਾਰ ਕਿਹਾ ਜਾਂਦਾ, ਅਤੇ ਜਦੋਂ ਕੋਈ ਕਿਸੇ ਨੂੰ ਜ਼ੋਰ ਦੀ ਨਾਲ ਆਵਾਜ਼ ਮਾਰੇ ਸਮਝ ਲਓ ਬਹੁਤ ਦੁਖੀ ਅਤਿਅੰਤ ਦੁਖੀ ਹੈ। ਇਸ ਕਰਕੇ ਧਰਤੀ ਨੇ ਦੁਖੀ ਹੋ ਕਰਕੇ ਪੁਕਾਰਾਂ ਕੀਤੀਆਂ, ਤੋ ਸੁਣੀ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗ ਮਾਹੇ ਪਠਾਇਆ। ਜਦੋਂ ਉਸ ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਨੇ ਧਰਤੀ ਦੀ ਪੁਕਾਰ ਸੁਣੀ, ਧਰਤੀ ਪੁਕਾਰਾਂ ਪੁਕਾਰ ਕੇ ਕਹਿੰਦੀ ਸੀ ਹਉ ਭਾਲ ਵਿਕੁੰਨੀ ਹੋਈ ਅੰਧੇਰੇ ਰਾਹੋ ਨਾ ਕੋਈ, ਵਿੱਚ ਹਉਮੈ ਕਰ ਦੁਖ ਰੋਈ ਕਹੁ ਨਾਨਕ ਕਿਨ ਬਿਧ ਗਤ ਹੋਈ। ਧਰਤੀ ਨੇ ਪੁਕਾਰਾਂ ਕੀਤੀਆਂ, ਗਰੀਬ ਨਿਵਾਜ ਅੰਤਰਜਾਮੀ ਅਕਾਲ ਪੁਰਖ ਜੀ ਮੈਂ ਬੜੀ ਭਾਰੀ ਦੁਖੀ ਹਾਂ, ਮੇਰੇ ਕੋਲ ਭਾਰ ਮੇਰੇ 'ਤੇ ਪਾਪਾਂ ਦਾ ਇੰਨਾ ਕੁ ਹੋ ਚੁੱਕਿਆ ਹੈ ਕਿ ਮੇਰੇ ਕੋਲ ਹੁਣ ਜਿਹੜਾ ਹੈ ਬਿਨਾਂ ਅਲੰਬ ਨਾ ਫਿਰਤਾ ਪਾਈ, ਬਿਨਾਂ ਆਸਰੇ ਤੋਂ ਹੁਣ ਮੇਰੇ ਕੋਲ ਟਿਕਿਆ ਨਹੀਂ ਜਾਂਦਾ, ਇਸ ਕਿਰਪਾ ਕਰਕੇ ਕੋਈ ਆਸਰਾ ਭੇਜੋ ਜਿਹਦੇ ਨਾਲ ਮੇਰੇ ਤੋਂ ਪਾਪ ਖਤਮ ਹੋਵੇ ਅਤੇ ਮੈਂ ਟਿਕ ਜਾਵਾਂ। ਉਸ ਵੇਲੇ ਸਾਧ ਸੰਗਤ ਜੀ ਸੱਚੇ ਸੁਣਿਆ ਕਰਨ ਦੇ ਧੀਰਕ ਦੇਵੈ ਸਹਿਜ ਸੁਭਾਏ, ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਅਸੀਂ ਸੁਣਿਆ ਧਰਤੀ ਦੇ ਤਾਂ ਹੀ ਕਿਹਾ ਕਿ ਧਰਤੀ ਹੈ, ਇਸ ਕਰਕੇ ਵਿਆਕੁਲ ਨਾ ਹੋ, ਮੈਂ ਸਮੇਂ ਸਮੇਂ 'ਤੇ ਬੜੇ ਅਵਤਾਰ ਪੈਗੰਬਰ ਦੇਵਤੇ ਭੇਜੇ ਨੇ ਤੇਰੇ ਤੋਂ ਪਾਪ ਖਤਮ ਕਰਨ ਵਾਸਤੇ, ਪਰ ਉਹਨਾਂ ਸਾਰਿਆਂ ਨੇ ਆਪਣਾ ਹੀ ਨਾਮ ਜਪਾ ਦਿੱਤਾ, ਇਸ ਕਰਕੇ ਹੁਣ ਮੈਨੂੰ ਆਪ ਆਉਣਾ ਪਵੇਗਾ। ਤੋ ਅਕਾਲ ਪੁਰਖ ਅੰਤਰਜਾਮੀ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੂਪ ਦੇ ਵਿੱਚ ਸੰਸਾਰ ਦੇ ਵਿੱਚ ਪ੍ਰਗਟ ਹੋਏ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਜੋ ਆਪਾਂ ਕੀਰਤਨ ਤੁਰਕੀ ਬਾਣੀ ਦੇ ਆ ਕੇ ਗੁਰੂ ਘਰਾਂ ਦੇ ਵਿੱਚ ਆ ਕੇ ਸਰਵਣ ਕਰਦੇ ਹਾਂ, ਇਸ ਕੀਰਤਨ ਦੇ ਨਾਲ ਹੀ ਸਤਿਗੁਰੂ ਗਰੀਬ ਨਿਵਾਜ ਨੇ ਧਰਤੀ ਦੇ ਵਿੱਚ ਜਿਹੜਾ ਅਸੀਂ ਪਾਪ ਖਤਮ ਕੀਤਾ, ਭੁੱਲੇ ਭਟਕਿਆਂ ਨੂੰ ਜਿਹੜਾ ਅਸੀਂ ਰਸਤੇ ਪਾਇਆ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਅਗਲੇ ਸਰੂਪਾਂ ਦੇ ਵਿੱਚ ਆ ਕੇ ਵਚਨ ਕੀਤਾ ਕਿ ਜੈਸੋ ਗੁਰ ਉਪਦੇਸਿਆ ਮੈਂ ਤੈਸੋ ਕਹਿਆ ਪੁਕਾਰ, ਕਹੋ ਨਾਨਕ ਸੁਣ ਰੇ ਮਨਾ ਕਰ ਕੀਰਤਨ ਹੋਏ ਉਧਾਰ। ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਜਿਸ ਤਰ੍ਹਾਂ ਦੇ ਨਾਲ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਉਪਦੇਸ਼ਿਆ ਸਾਨੂੰ ਸਿੱਖਿਆ ਦਿੱਤੀ, ਮੈਂ ਉਹ ਹੀ ਸਿੱਖਿਆ ਨੂੰ ਪੁਕਾਰ ਪੁਕਾਰ ਕੇ ਕਹਿੰਦਾ, ਅਤੇ ਗੱਲ ਇਹ ਹੈ ਕਿ ਹੇ ਮਨ ਹੇ ਮੇਰੇ ਪਾਪ ਮਨ ਤੋਂ ਪਿਆਰੇ ਗੁਰਸਿੱਖ ਕੀਰਤਨ ਕਰ ਕੀਰਤਨ ਦੇ ਨਾਲ ਜੁੜ, ਹਰੀ ਅਕਾਲ ਪੁਰਖ ਵਾਹਿਗੁਰੂ ਦੀ ਕੀਰਤੀ ਕਰ ਜਸ ਕਰ ਵਡਿਆਈ ਕਰ, ਤੇਰਾ ਉਧਾਰ ਹੋਵੇਗਾ ਤੇਰਾ ਪਾਰ ਉਤਾਰਾ ਹੋਵੇਗਾ। ਅਤੇ ਸਾਧ ਸੰਗਤ ਜੀ ਇਸੇ ਕੀਰਤਨ ਦੇ ਨਾਲ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਬਾਬੇ ਤਾਰੀ ਚਾਰ ਚੱਕ ਨਵ ਖੰਡ ਪ੍ਰਿਥਵੀ ਸੱਚਾ ਢੋਆ ਗੁਰਮੁਖ ਕਲ ਵਿੱਚ ਪ੍ਰਗਟ ਹੋਆ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਸੇ ਕੀਰਤਨ ਦੇ ਨਾਲ ਮਰਦਾਨੇ ਦੇ ਰਬਾਬ ਦੀਆਂ ਤਾਰਾਂ ਦੇ ਨਾਲ ਰੱਬੀ ਬਾਣੀ ਦੇ ਨਾਲ ਕੀਰਤਨ ਕਰਦਿਆਂ ਹੋਇਆਂ ਬੇਅੰਤ ਪ੍ਰਾਣੀਆਂ ਦਾ ਉਧਾਰ ਕੀਤਾ ਹੈ। ਤੋ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਆਪਣੇ 70 ਸਾਲ ਦੇ ਜੀਵਨ ਕਾਲ ਦੇ ਵਿੱਚ 3.5 ਕਰੋੜ ਸਿੱਖ ਬਣਾਇਆ, ਸਤਿਗੁਰੂ ਮਹਾਰਾਜ ਜੀ ਦੀ ਸੰਗਤ ਕਰਕੇ 3.5 ਕਰੋੜ ਸਿੱਖ ਬਣੇ ਹੈ। ਤੋ ਸਾਧ ਸੰਗਤ ਜੀ ਅੱਜ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੋ ਸਾਧ ਸੰਗਤ ਜੀ ਆਏ ਸੰਸਾਰ 'ਤੇ ਤਕਰੀਬਨ ਆਪਾਂ ਮੰਨ ਕੇ ਚੱਲੀਏ ਕਿ 5.5 ਸਾਲ ਹੋ ਗਏ, ਸਿੱਖੀ ਸਾਡੀ ਵਧਣੀ ਚਾਹੀਦੀ ਸੀ ਪਰ ਆਪਾਂ ਵੇਖੀਏ
ਕਿ ਕਿੰਨਾ ਕੁ ਆਪਾਂ ਗੁਰੂ ਸਾਹਿਬ ਦੀ ਸਿੱਖੀ ਨੂੰ ਸਾਂਭ ਕੇ ਰੱਖਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਸੇ ਸਮੇਂ ਹੀ 3.5 ਕਰੋੜ ਸਿੱਖ ਸਾਜਿਆ ਹੈ। ਗੁਰੂ ਸਾਹਿਬਾਨਾਂ ਨੇ ਉਸ ਸਿੱਖੀ ਦੀ ਸੰਭਾਲ ਕੀਤੀ। ਉਹ ਸਾਧ ਸੰਗਤ ਜੀ ਅੱਜ ਆਪਾਂ ਨਿਗਾਹ ਮਾਰ ਕੇ ਵੇਖੀਏ ਕਿ ਸਾਡੀ ਕਿੰਨੀ ਕੁ ਸਾਡੇ ਅੰਦਰ ਆਪਾਂ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਕਮਾਇਆ, ਕਿੰਨੀ ਕੁ ਸਾਡੇ ਅੰਦਰ ਸਿੱਖੀ ਹੈ। ਤੋ ਸਤਿਗੁਰ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਨ ਦਾ ਬਲਬਲਾ ਭਾਈ ਗੁਰਦਾਸ ਸਾਹਿਬ ਜੀ ਲਿਖਦੇ ਨੇ, ਘਰ ਘਰ ਅੰਦਰ ਧਰਮਸਾਲ ਹੋਵੇ ਕੀਰਤਨ ਸਦਾ ਵਿਸੋਵਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਮਨ ਦਾ ਬਲਬਲਾ ਸੀ ਕਿ ਘਰ ਘਰ ਅੰਦਰ ਧਰਮਸਾਲ ਹੋਵੇ। ਅੱਜ ਆਪਾਂ ਗੁਰਦੁਆਰੇ ਕਹਿੰਦੇ ਹਾਂ, ਪੁਰਾਣੇ ਸਮਿਆਂ ਦੇ ਵਿੱਚ ਧਰਮਸਾਲ ਕਿਹਾ ਜਾਂਦਾ, ਸਾਲ ਨਾਮ ਘਰ ਦਾ, ਤੇ ਜਿੱਥੇ ਧਰਮ ਦੀ ਗੱਲ ਹੋਵੇ। ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਘਰ ਘਰ ਜਿਹੜਾ ਮੇਰੇ ਗੁਰਸਿੱਖਾਂ ਦਾ ਹਰੇਕ ਘਰ ਹੀ ਧਰਮਸਾਲ ਬਣ ਜਾਵੇ, ਜਿੱਥੋਂ ਧਰਮ ਦੀ ਸਿੱਖਿਆ ਹੋਵੇ। ਤੇ ਸਾਧ ਸੰਗਤ ਜੀ ਅੱਜ ਹਰੇਕ ਨਗਰ ਦੇ ਵਿੱਚ ਕਿੰਨੇ ਕਿੰਨੇ ਗੁਰਦੁਆਰੇ ਤੋਂ ਸਤਿਗੁਰਾਂ ਦੀ ਕਿਰਪਾ ਦੇ ਨਾਲ ਬਣੇ ਹੋਏ ਨੇ। ਪਰ ਗੁਰਦੁਆਰੇ ਕਾਹਦੇ ਵਾਸਤੇ ਬਣੇ? ਕਮੇਟੀਆਂ ਦੇ ਝਗੜਿਆਂ ਵਾਸਤੇ, ਇੱਕ ਦੂਜੇ ਦੀਆਂ ਦਸਤਾਰਾਂ ਲਾਉਣ ਵਾਸਤੇ, ਜਾਂ ਇੱਕ ਦੂਜੇ ਦੀਆਂ ਦਾੜੀਆਂ ਪੱਟਣ ਵਾਸਤੇ? ਇਹਦੇ ਵਾਸਤੇ ਨਹੀਂ। ਤੋ ਸਾਧ ਸੰਗਤ ਜੀ ਕੀਰਤਨ ਸਦਾ ਵਸੂਆ ਇਸ ਵਾਸਤੇ ਬਣੇ ਕਿ ਇੱਥੇ ਗੁਰੂ ਕੀ ਬਾਣੀ ਦਾ ਕੀਰਤਨ ਹੋਵੇ, ਗੁਰੂ ਕੀ ਬਾਣੀ ਦੀ ਕਥਾ ਹੋਵੇ, ਗੁਰੂ ਕੇ ਸਿੱਖ ਆਉਣ, ਗੁਰੂ ਕੇ ਦਰਸ਼ਨ ਦੀਦਾਰੇ ਕਰਨ, ਤੇ ਸਤਿਗੁਰਾਂ ਦੇ ਸਜੇ ਹੋਏ ਦੀਵਾਨਾਂ ਵੱਲ ਵੇਖ ਕੇ ਆਹ ਸ਼ਸ਼ਕਾਰ ਉੱਠਣ ਕਿ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ, ਐਸੇ ਤੇਰੇ ਅਸਥਾਨ, ਐਸੀ ਤੇਰੇ ਇਹਨਾਂ ਅਸਥਾਨਾਂ ਤੋਂ ਸਿੱਖਿਆ ਪ੍ਰਾਪਤ ਹੁੰਦੀ ਹੈ। ਪਰ ਸਾਧ ਸੰਗਤ ਜੀ ਬੜੇ ਦੁੱਖ ਦੇ ਨਾਲ ਕਿਹਾ ਜਾ ਰਿਹਾ ਕਿ ਜੋ ਸਤਿਗੁਰਾਂ ਦੇ ਮਨ ਦਾ ਬਲਬਲਾ ਧਰਮਸਾਲ ਗੁਰਦੁਆਰੇ ਵੱਧ ਤੋਂ ਵੱਧ ਬਣਨ ਦਾ ਸੀ, ਕੁਝ ਹੱਦ ਤੱਕ ਪੂਰਾ ਤੇ ਹੋਇਆ। ਪਰ ਸਾਧ ਸੰਗਤ ਜੀ ਉਹਨਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਨੇ, ਉਹਨਾਂ ਦੇ ਮਨ ਜਿਹੜੇ ਸੀ ਸਤਿਗੁਰਾਂ ਦੀ ਸਿੱਖਿਆ ਦੇ ਨਾਲ ਰੰਗੇ ਨਹੀਂ ਗਏ। ਇਸ ਕਰਕੇ ਚਾਹੀਦਾ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਤੇ ਐਸਾ ਬਲਬਲਾ ਸੀ ਕਿ ਘਰ ਘਰ ਅੰਦਰ ਧਰਮਸਾਲ, ਕਿ ਘਰਾਂ ਘਰਾਂ ਦੇ ਵਿੱਚ ਧਰਮਸਾਲਾ ਬਣ ਜਾਣ। ਆਓ ਸਾਧ ਸੰਗਤ ਜੀ, ਜਿੱਥੇ ਗੁਰੂ ਕੀ ਬਾਣੀ ਦਾ ਕੀਰਤਨ ਹੁੰਦਾ ਹੈ, ਜਿੱਥੇ ਗੁਰੂ ਕੀ ਬਾਣੀ ਦਾ ਪਾਠ ਹੁੰਦਾ ਹੈ, ਜਿੱਥੇ ਦਾਦਾ ਹੁੰਦੀ ਹੈ, ਉਹਨੂੰ ਆਪਾਂ ਗੁਰਦੁਆਰਾ ਕਹਿੰਦੇ ਹਾਂ। ਪਰ ਜਿਹੜਾ ਘਰ ਨਿਤਨੇਮੀ ਹੈ, ਜਿਹੜੇ ਘਰ ਦੇ ਵਿੱਚ ਰੋਜ਼ਾਨਾ ਨਿਤਨੇਮ ਹੁੰਦਾ, ਜਿਹੜੇ ਘਰ ਦੇ ਵਿੱਚ ਰੋਜ਼ਾਨਾ ਸਾਰਾ ਪਰਿਵਾਰ ਜੁੜ ਕੇ ਬਹਿੰਦਾ, ਗੁਰੂ ਕੀ ਬਾਣੀ ਦੀ ਵਿਚਾਰ ਹੁੰਦੀ ਹੈ, ਭਾਈ ਨਿਤਨੇਮ ਕੀਤਾ, ਸਾਹਿਬ ਦੀਆਂ ਕੀ ਸਿੱਖਿਆਵਾਂ ਸਨ, ਗੁਰੂ ਸਾਹਿਬ ਨੇ ਕਿਵੇਂ ਕਿਵੇਂ ਸੰਸਾਰ ਨੂੰ ਉਤਾਰਿਆ, ਤੇ ਸਾਨੂੰ ਗੁਰੂ ਕੀ ਸਿੱਖਿਆ ਕਿਵੇਂ ਕਮਾਉਣੀ ਚਾਹੀਦੀ ਹੈ। ਜੈਸੀ ਜਿੱਥੇ ਐਸੀਆਂ ਵਿਚਾਰਾਂ ਹੁੰਦੀਆਂ, ਤਾਂ ਸਾਧ ਸੰਗਤ ਜੀ ਉਹ ਘਰ ਹੀ ਧਰਮਸਾਲ ਹੈ, ਕਿਉਂਕਿ ਧਰਮਸਾਲ ਜਿੱਥੋਂ ਧਰਮ ਦੀ ਸਿੱਖਿਆ ਮਿਲੇ ਜਿਸ ਘਰ ਚੋਂ, ਉਹ ਗੁਰਦੁਆਰਾ ਉਹ ਧਰਮਸਾਲ ਹੈ। ਜਿਹਨਾਂ ਘਰਾਂ ਨੇ ਗੁਰੂ ਕੀ ਸਿੱਖੀ ਨੂੰ ਕਮਾਇਆ, ਜਿਹਨਾਂ ਘਰਾਂ ਦੇ ਵਿੱਚ ਕੀਰਤਨ ਹੁੰਦਾ, ਨਿਤਨੇਮ ਹੁੰਦਾ, ਬੈਠ ਕੇ ਗੁਰੂ ਕੀ ਬਾਣੀ ਦੀਆਂ ਵਿਚਾਰਾਂ, ਗੁਰੂ ਦੀਆਂ ਸਾਖੀਆਂ ਸੁਣਾਈਆਂ ਜਾਂਦੀਆਂ, ਉਹ ਸਾਧ ਸੰਗਤ ਜੀ ਧਰਮਸਾਲ ਹੈ। ਤੋ ਐਸੇ ਧਰਮਸਾਲ ਸਤਿਗੁਰੂ ਮਹਾਰਾਜ ਜੀ ਕਹਿੰਦੇ ਘਰ ਘਰ ਬਣ ਜਾਣ, ਤੇ ਐਸਾ ਕੀਰਤਨ ਹੋਵੇ, ਗੁਰੂ ਕਾ ਜਸ ਹੋਵੇ, ਗੁਰੂ ਕੀ ਵਡਿਆਈ ਹੋਵੇ। ਪਰ ਸਾਧ ਸੰਗਤ ਜੀ ਆਪਾਂ ਸੰਸਾਰ ਨੂੰ ਤੇ ਕੀ ਸਾਂਭਣਾ ਸੀ, ਅੱਜ ਅਸੀਂ ਆਪਣੇ ਆਪ ਨੂੰ ਨਹੀਂ ਸਾਂਭ ਸਕੇ, ਆਪਣੇ ਕੇਸਾਂ ਵੱਲ ਨਿਗਾਹ ਮਾਰੀਏ ਕਿ ਕਿੱਥੇ ਗੁਰੂ ਕੀ ਸਿੱਖੀ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸੁਪਨਾ ਜਿਹੜਾ ਸੀ ਆਪਾਂ ਸਾਕਾਰ ਕਰ ਰਹੇ ਹਾਂ, ਆਪਾਂ ਆਪਣੀ ਸਾਧ ਸੰਗਤ ਜੀ ਨਸ਼ਿਆਂ ਵੱਲ ਵੇਖੀਏ, ਤੇ ਇਸ ਕਰਕੇ ਆਪਣੀ ਸੰਗਤ ਵੇਖੀਏ ਕਿ ਸਾਡੀ ਸੰਗਤ ਕੈਸੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸਾਨੂੰ ਇਹ ਸਿੱਖਿਆ ਦਿੱਤੀ ਸੀ? ਉਹ ਨਹੀਂ। ਸਾਧ ਸੰਗਤ ਜੀ, ਗੁਰੂ ਸਾਹਿਬ ਨੇ ਐਸੀ ਸਿੱਖਿਆ ਦਿੱਤੀ ਜਿਸ ਸਿੱਖਿਆ ਨੂੰ ਸੁਣ ਕੇ, ਤੋ ਸਾਧ ਸੰਗਤ ਜੀ ਪਸ਼ੂਆਂ ਦਾ ਉਧਾਰ ਹੋਇਆ, ਜਿਹਨਾਂ ਦੇ ਸੁਣ ਕੇ ਪ੍ਰੇਤਾਂ ਦਾ ਉਧਾਰ, ਜਾਨਵਰਾਂ ਦਾ ਉਧਾਰ, ਨੀਚ ਜਿਹਨਾਂ ਵੱਲ ਕੋਈ ਵੇਖਦਾ ਤੱਕ ਨਹੀਂ ਸੀ, ਉਹਨਾਂ ਦਾ ਉਧਾਰ ਮੇਰੇ ਸਤਿਗੁਰਾਂ ਨੇ ਗੁਰਬਾਣੀ ਤੇ ਗੁਰਬਾਣੀ ਦੇ ਕੀਰਤਨ ਦੁਆਰਾ ਕੀਤਾ। ਉਹੀ ਗੁਰਬਾਣੀ ਦੇ ਨਾਲ ਸਾਨੂੰ ਜੋੜ ਕੇ ਗਏ, ਪਰ ਦੁੱਖ ਦੀ ਗੱਲ ਹੈ ਆਪਾਂ ਜੁੜੇ ਨਹੀਂ ਰਹੇ। ਤੋ ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸਾਨੂੰ ਕੀਰਤਨ ਦੇ ਨਾਲ ਜੋੜਿਆ, ਇਸੇ ਕੀਰਤਨ ਦੇ ਨਾਲ ਗਰੀਬ ਨਿਵਾਜ ਨੇ 3.5 ਕਰੋੜ ਸਿੱਖ ਸਾਜਿਆ। ਇੰਨੀ ਰਹਿਮਤ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕੀਤੀ। ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਜੇ ਆਪਾਂ ਕੌਤਕਾਂ ਲਈ, ਗਰੀਬ ਨਿਵਾਜ ਜੀ ਦੇ ਪਾਤਸ਼ਾਹ ਜੀ ਜਿਹੜੇ ਕਰਤੱਵ ਮੇਰੇ ਪਾਤਸ਼ਾਹ ਨੇ ਕੀਤੇ, ਜੇ ਉਹਨਾਂ ਦੀ ਵਿਚਾਰ ਕਰਨ ਲੱਗੀਏ ਤਾਂ ਸਾਰਾ ਜੀਵਨ ਥੋੜ੍ਹਾ। ਇਸ ਕਰਕੇ ਟੂਕ ਮਾਤਰ ਬੇਨਤੀਆਂ ਕਰਕੇ ਆਪਾਂ ਹੁਕਮਨਾਮੇ ਦੀ ਵਿਚਾਰ ਦੇ ਨਾਲ ਜੁੜਨਾ, ਜਿਵੇਂ ਗੁਰੂ ਪਿਆਰੇ ਨੇ ਸਟੇਜ ਤੋਂ ਅਨਾਊਂਸ ਕੀਤਾ। ਇਸ ਪ੍ਰਕਾਰ ਗਰੀਬ ਨਿਵਾਜ ਪਾਤਸ਼ਾਹ ਜੀ ਧਰਤੀ ਦੀਆਂ ਪੁਕਾਰਾਂ ਸੁਣਦਿਆਂ ਹੋਇਆਂ
ਸੰਸਾਰ ਦੇ ਵਿੱਚ ਆਏ, ਸੰਸਾਰ ਦੇ ਵਿੱਚ ਪ੍ਰਗਟੇ। ਜਦੋਂ ਸਾਧ ਸੰਗਤ ਜੀ ਗਰੀਬ ਨਿਵਾਜ ਪਾਤਸ਼ਾਹ ਜੀ ਸੰਸਾਰ ਦੇ ਵਿੱਚ ਆਏ ਤਾਂ ਉਸ ਵੇਲੇ ਤਲਵੰਡੀ ਜੋ ਨਗਰ ਰਾਏ ਭੋਏ ਦੀ ਤਲਵੰਡੀ, ਜਿਹਨੂੰ ਅੱਜ ਆਪਾਂ ਨਨਕਾਣਾ ਸਾਹਿਬ ਕਹਿੰਦੇ ਹਾਂ, ਤਾਂ ਸਾਧ ਸੰਗਤ ਜੀ ਉਸ ਕਮਰੇ ਦੇ ਵਿੱਚ, ਉਸ ਸਥਾਨ ਨਨਕਾਣਾ ਸਾਹਿਬ ਵਾਲੇ ਸਥਾਨ ਤੇ ਜਿੱਥੇ ਮਾਤਾ ਤ੍ਰਿਪਤਾ ਜੀ ਤੋਂ ਸਤਿਗੁਰੂ ਮਹਾਰਾਜ ਜੀ ਜਦੋਂ ਪ੍ਰਗਟੇ ਚਾਨਣ ਹੋ ਗਿਆ, ਸਭ ਤੋਂ ਪਹਿਲਾਂ ਜੇ ਦਰਸ਼ਨ ਹੋਏ ਤੇ ਦੌਲਤਾਂ ਦਾਈ ਨੂੰ ਹੋਏ। ਦੌਲਤਾਂ ਦਾਈ ਜੋ ਦਾਈ ਪੁਣੇ ਦਾ ਕੰਮ ਕਰਦੀ ਸੀ, ਤੋ ਐਸਾ ਬੇਅੰਤ ਸਮਾਂ ਹੋ ਗਿਆ ਸੀ ਇਸ ਕਾਰਜ ਨੂੰ ਕਰਦਿਆਂ ਹੋਇਆ। ਮਨ ਦੇ ਵਿੱਚ ਵਿਚਾਰ ਸੀ ਉਹਦੇ ਕਿ ਮਹਿਤਾ ਕਾਲੂ ਜੀ ਕਲਿਆਣ ਦਾਸ ਮਹਿਤਾ ਜੀ ਨੇ ਬੜੇ ਅਮੀਰ ਨੇ, ਪਟਵਾਰੀ ਨੇ, ਤੇ ਇਸ ਪ੍ਰਕਾਰ ਇਹਨਾਂ ਦੇ ਕੋਲੋਂ ਬੜਾ ਧਨ ਲਵਾਂਗੀ ਜਦੋਂ ਇਹਨਾਂ ਦੇ ਘਰੇ ਬਾਲਕ ਪੈਦਾ ਹੋਵੇਗਾ। ਪਰ ਜਦੋਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪੈਦਾ ਹੋਏ ਨੇ, ਉਸ ਵੇਲੇ ਦੌਲਤਾਂ ਦਾਈ ਹੈਰਾਨ ਰਹਿ ਗਈ, ਕਿਉਂਕਿ ਜਦੋਂ ਵੀ ਸਾਧ ਸੰਗਤ ਜੀ ਕੋਈ ਬਾਲਕ ਮਾਤਾ ਦੀ ਉਦਰ ਦੇ ਵਿੱਚੋਂ ਬਾਹਰ ਆਉਂਦਾ ਉਸ ਵੇਲੇ ਰੋਂਦਾ, ਕਿਉਂਕਿ ਤਕਲੀਫ ਹੁੰਦੀ ਹੈ ਉਹਦੇ ਤਾਈ। ਪਰ ਜਦੋਂ ਦੌਲਤਾਂ ਦਾਈ ਨੇ ਵੇਖਿਆ ਮੇਰੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸੰਸਾਰ ਦੇ ਵਿੱਚ ਆਏ ਨੇ, ਸਤਿਗੁਰੂ ਮਹਾਰਾਜ ਜੀ ਦੇ ਮੁੱਖ ਦੇ ਵਿੱਚੋਂ ਵਚਨ ਨਿਕਲਿਆ ਵਾਹਿਗੁਰੂ, ਉਸ ਵੇਲੇ ਹੈਰਾਨ ਹੋ ਗਈ। ਸਤਿਗੁਰੂ ਮਹਾਰਾਜ ਜੀ ਮੁਸਕਰਾ ਰਹੇ ਨੇ। ਉਸ ਵੇਲੇ ਦੀ ਗੱਲ ਉਸ ਦੌਲਤਾਂ ਦਾਈ ਦੇ ਮਨ ਦਾ ਵਲਵਲਾ, ਤੋ ਭਾਈ ਕਵੀ ਭਾਈ ਸੰਤੋਖ ਸਿੰਘ ਸਾਹਿਬ ਨੇ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਅੰਕਿਤ ਕੀਤਾ ਹੈ। ਦੌਲਤਾਂ ਦਾਈ ਕਹਿੰਦੀ ਹੈ ਕਿ ਬਹੁਤ ਇਸ ਜਨਮੇ ਮੋਹ ਕਰ ਮਾਹੀ, ਐਸੋ ਅਚਰਜ ਕਦ ਦੇਖਿਓ ਨਾਹੀ। ਕਹਿੰਦੇ ਬਹੁਤ ਬਾਲਕ ਮੇਰੇ ਹੱਥਾਂ ਦੇ ਵਿੱਚੋਂ ਪੈਦਾ ਹੋਏ, ਮੈਂ ਦਾਈ ਪੁਣੇ ਦਾ ਕੰਮ ਕੀਤਾ, ਪਰ ਐਸਾ ਅਚਰਜ ਕੌਤਕ ਹੈਰਾਨ ਕੌਤਕ ਨਹੀਂ ਮੈਂ ਵੇਖਿਆ ਕਿ ਬਾਲਕ ਜੰਮਦਾ ਹੀ ਹੱਸਦਾ ਹੋਵੇ ਤੇ ਜੰਮਦਾ ਹੀ ਮੁੱਖ ਦੇ ਵਿੱਚੋਂ ਵਾਹਿਗੁਰੂ ਕਹੇ। ਉਸ ਵੇਲੇ ਦੌਲਤਾਂ ਦਾਈ ਸੋਚਾਂ ਵਿਚਾਰਾਂ ਦੇ ਵਿੱਚ ਪਈ ਹੋਈ ਹੈ ਤੇ ਕਵੀ ਸੰਤੋਖ ਸਿੰਘ ਜੀ ਨੇ ਉਹਦੇ ਵੀ ਗੱਲ ਦੀ ਮਨ ਦੀ ਹਾਲਤ ਲਿਖ ਦਿੱਤੀ, ਉਹਦੇ ਜੇ ਉਹ ਕਿੱਥੇ ਕੁ ਹੈ, ਕਿੰਨੀ ਕੁ ਉਹਦੀ ਅਵਸਥਾ ਹੈ, ਉਹ ਵੀ ਲਿਖ ਦਿੱਤੀ ਕਵੀ ਸੰਤੋਖ ਸਿੰਘ ਸਾਹਿਬ ਜੀ। ਕਹਿੰਦੇ ਅਲਪ ਬੁੱਧ ਕਿਉ ਧਾਏ ਲਖਾਹੀ, ਜਨਮ ਮਰਮ ਇਸ ਪੀੜਾ ਨਾਹੀ। ਕਵੀ ਜੀ ਕਹਿੰਦੇ ਅਲਪ ਬੁੱਧ ਵਾਲੀ, ਛੋਟੀ ਬੁੱਧ ਵਾਲੀ ਦਾਈ ਦੌਲਤਾਂ ਕਿਵੇਂ ਜਾਣ ਸਕਦੀ ਹੈ, ਤਾਂ ਹੀ ਹੈਰਾਨੀ ਦੇ ਵਿੱਚ ਪਈ ਹੈ ਕਿਉਂਕਿ ਇਹਦੀ ਬੁੱਧੀ ਅਲਪ ਹੈ, ਛੋਟੀ ਹੈ, ਜਾਣਦੀ ਨਹੀਂ ਕਿ ਇਸ ਬੱਚੇ ਨੂੰ ਤੇ ਜਨਮ ਮਰਨ ਦੀ ਪੀੜਾ ਹੀ ਕੋਈ ਨਹੀਂ, ਇਹਦੇ ਹੋਰਾਂ ਦੀ ਜਨਮ ਮਰਨ ਦੀ ਪੀੜਾ ਨੂੰ ਕੱਟਣ ਵਾਸਤੇ ਆਏ। ਇਸ ਤਰ੍ਹਾਂ ਦੇ ਨਾਲ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਪ੍ਰਗਟ ਹੋਏ। ਜਦੋਂ ਦੌਲਤਾਂ ਜਾਂ ਦਾਈ ਨੇ ਜਾ ਕਰਕੇ ਸਾਧ ਸੰਗਤ ਜੀ ਸੁਨੇਹਾ ਦਿੱਤਾ, ਕਲਿਆਣ ਦਾਸ ਮਹਿਤਾ ਜੀ ਪਹਿਲਾਂ ਹੀ ਡੀਕ ਰਹੇ ਸਨ ਪਿਤਾ ਗੁਰੂ ਸਾਹਿਬ ਜੀ ਦੇ, ਉਸ ਵੇਲੇ ਦੌਲਤਾਂ ਦਾਈ ਨੇ ਕਿਹਾ ਕਿ ਤੁਹਾਡੇ ਘਰੇ ਬਾਲਕ ਨੇ ਜਨਮ ਲਿਆ। ਉਸ ਵੇਲੇ ਬਹੁਤ ਖੁਸ਼ ਹੋਏ, ਕਹਿੰਦੇ ਦਸ ਦੌਲਤਾਂ ਤੈਨੂੰ ਕੀ ਚਾਹੀਦਾ। ਦੌਲਤਾਂ ਦਾਈ ਦੇ ਹੱਥ ਜੁੜ ਗਏ, ਬੁੱਲ ਕੰਬਦੇ ਨੇ, ਅੱਖਾਂ ਦੇ ਵਿੱਚੋਂ ਵੈਰਾਗ ਦਾ ਜਲ ਕਹਿਣ ਲੱਗੇ, ਜੀ ਮੈਨੂੰ ਜਿਹੜੀ ਦੌਲਤ ਚਾਹੀਦੀ ਸੀ ਸੱਚੀ ਦੌਲਤ ਮਿਲ ਗਈ ਹੈ, ਤੁਹਾਡੇ ਪੁੱਤਰ ਦੇ ਦਰਸ਼ਨ ਕਰਕੇ ਦੌਲਤ ਇਹ ਮਿਲੀ ਕਿ ਮੈਨੂੰ ਦੁਨਿਆਵੀ ਦੌਲਤ ਦੀ ਇੱਛਾ ਹੀ ਕੋਈ ਨਹੀਂ ਰਹੀ, ਮੇਰੇ ਮਨ ਦੀ ਇੱਛਾ ਹੀ ਖਤਮ ਹੋ ਗਈ, ਕੋਈ ਮਾਇਆ ਕੋਈ ਦੌਲਤ ਮੈਂ ਮਨ ਦੇ ਵਿੱਚ ਇੱਛਾ ਨਹੀਂ ਰੱਖਦੀ, ਐਸੀ ਸੱਚੀ ਦੌਲਤ ਜਿਹੜੀ ਸ਼ਾਂਤੀ ਦੀ ਸੀ, ਜਿਹੜੀ ਸ਼ਰਧਾ ਰੂਪੀ ਸੀ, ਉਹ ਮੈਨੂੰ ਮਿਲ ਗਈ ਹੈ, ਐਸਾ ਮੇਰੇ ਪਾਤਸ਼ਾਹ ਜੀ ਨੇ ਜਾਂਦੇ ਸੰਸਾਰ ਦੇ ਵਿੱਚ ਆਉਂਦੀ ਨੇ ਐਸਾ ਕੌਤਕ ਵਰਤਾਇਆ, ਫਿਰ ਸਾਰੀ ਜ਼ਿੰਦਗੀ ਦੇ ਵਿੱਚ ਜੈਸੇ ਕੌਤਕ ਕੀਤੇ ਤਕਰੀਬਨ ਸਾਧ ਸੰਗਤ ਜੀ ਆਪਾਂ ਬਹੁਤੇ ਨੂੰ ਜਾਣਦੇ ਹਾਂ। ਤਾਂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਬਚਪਨ ਤੋਂ ਲੈ ਕੇ ਜਵਾਨੀ, ਜਵਾਨੀ ਤੋਂ ਲੈ ਕੇ ਸਾਧ ਸੰਗਤ ਜੀ ਬਜ਼ੁਰਗੀ ਤੱਕ ਐਸਾ ਲੰਮਾ ਪੈਂਡਾ ਤੈਅ ਕੀਤਾ, 69 ਸਾਲ 10 ਮਹੀਨੇ ਤੇ 10 ਸਾਲ ਦੀ ਮੇਰੇ ਸਤਿਗੁਰਾਂ ਦੀ ਉਮਰ, ਸਾਰੀ ਉਮਰ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਪ੍ਰਚਾਰ ਦੇ ਵਿੱਚ ਲਾ ਦਿੱਤੀ। ਤਾਂ ਚਾਰੇ ਪਾਸੇ ਮਹਾਰਾਜ ਨੇ ਚਾਰ ਉਦਾਸੀਆਂ ਕੀਤੀਆਂ, ਬੇਅੰਤਾਂ ਦਾ ਉਧਾਰ ਜਿਵੇਂ ਪਹਿਲਾਂ ਆਪ ਜੀ ਨਾਲ ਵਚਨ ਸਾਂਝੇ ਕੀਤੇ, ਪਸੂ ਪ੍ਰੇਤ ਮੁਗਤ ਕਾ ਉਤਾਰੇ, ਤਾਰੇ ਪਾਹਨ ਪਾਰ ਉਤਾਰੇ। ਗਰੀਬ ਨਿਵਾਜ ਨੇ ਪਸ਼ੂਆਂ ਦਾ ਉਧਾਰ ਕੀਤਾ, ਪੱਥਰਾਂ ਦਾ ਉਧਾਰ ਕੀਤਾ, ਪ੍ਰੇਤਾਂ ਦਾ ਉਧਾਰ ਕੀਤਾ, ਠੱਗਾਂ ਦਾ ਉਧਾਰ ਕੀਤਾ, ਚੋਰਾਂ ਦਾ ਉਧਾਰ ਕੀਤਾ, ਕਿਹਨਾਂ ਕਿਹਨਾਂ ਦੀ ਆਪਾਂ ਸਾਧ ਸੰਗਤ ਜੀ ਗੱਲ ਕਰੀਏ। ਸੱਜਣ ਠੱਗ ਨਾਮ ਦਾ ਸਾਧ ਸੰਗਤ ਜੀ ਠੱਗ ਬਣਿਆ ਹੋਇਆ, ਲੋਕਾਂ ਨੂੰ ਲੁੱਟ ਰਿਹਾ, ਬੜਾ ਚਿੱਟਾ ਚੂਲਾ ਪਾਇਆ ਹੋਇਆ, ਚਿੱਟੇ ਕੱਪੜੇ ਪਾਏ ਹੋਏ ਨੇ, ਆਸ਼ਰਮ ਬਣਾਇਆ ਹੋਇਆ, ਪ੍ਰਸ਼ਾਦੇ ਪਾਣੀ ਵਾਸਤੇ ਸਾਰਿਆਂ ਨੂੰ ਟਿਕਾਉਂਦਾ, ਆਪਣਾ ਨਾਮ ਸੱਜਣ ਰੱਖਿਆ ਹੋਇਆ, ਤੇ ਜਿਹੜਾ ਰਾਤ ਨੂੰ ਆਉਂਦਾ ਇਹਦੇ ਕੋਲ ਸਾਰਾ ਕੁਝ ਹੀ ਖੋ ਲੈਂਦਾ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਗਏ, ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਵੀ ਜਾ ਕੇ ਮਰਦਾਨੇ ਨੂੰ ਕਹਿਣ ਲੱਗੇ, ਮਰਦਾਨਿਆ ਤੋਂ ਐਸਾ ਰੱਬੀ ਬਾਣੀ ਆਈ ਹੈ, ਆਪਾਂ ਉਤਾਰ ਛੇੜੀਏ। ਉਸ ਵੇਲੇ ਸਾਧ ਸੰਗਤ ਜੀ ਸੱਜਣ ਠੱਗ ਉਹ ਵੀ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਆਇਆ, ਆ ਕੇ ਬੈਠਿਆ। ਗਰੀਬ ਨਿਵਾਜ ਪਾਤਸ਼ਾਹ ਜੀ ਕਹਿਣ ਲੱਗੇ, ਸੱਜਣਾ ਨਾਮ ਤੇ ਬੜਾ ਸੱਜਣ ਦਿਖਾਇਆ ਹੋਇਆ,
ਪਰ ਕਦੇ ਕੋਈ ਸੱਜਣਾ ਵਾਲੇ ਕੰਮ ਵੀ ਕੀਤੇ ਨੇ ਕਿ ਨਹੀਂ? ਉਸ ਵੇਲੇ ਸ਼ਰਮਿੰਦਾ ਜਿਹਾ ਹੋ ਗਈਆਂ, ਅੱਖਾਂ ਝੁੱਕ ਗਈਆਂ। ਸੱਜਣਾ ਤੂੰ ਲੋਕਾਂ ਨੂੰ ਕਹਿੰਦਾ ਮੈਂ ਸੱਜਣ ਹਾਂ, ਪਰ ਤੇਰਾ ਕੋਈ ਸੱਜਣ ਹੈ ਜਿਹੜਾ ਤੇਰਾ ਲੋਕ ਪਰਲੋਕ ਦਾ ਕੋਈ ਸਹਾਰਾ ਬਣੇ, ਸੱਜਣ ਬਣੇ? ਉਹ ਸੱਜਣ ਨੂੰ ਕਿਤੇ ਤੂੰ ਵੇਖਿਆ? ਕਦੇ ਉਹਦੇ ਨਾਲ ਮਿਲਣ ਦਾ ਯਤਨ ਕੀਤਾ? ਛੱਡ ਇਹਨਾਂ ਕੁਕਰਮਾਂ ਨੂੰ, ਝੂਠ ਦਾ ਸੱਜਣ ਨਹੀਂ, ਉਸ ਸੱਜਣ ਦਾ ਸੱਜਣ ਬਣ ਗਿਆ, ਤੇਰਾ ਪਾਰ ਉਤਾਰਾ ਹੋਵੇ। ਤੋ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਚਰਨਾਂ 'ਤੇ ਢਹਿ ਪਿਆ, ਮਿਹਨਤੀਆਂ ਕੀਤੀਆਂ, ਗਰੀਬ ਨਿਵਾਜ ਮੈਂ ਸਾਰੇ ਗੁਨਾਹ ਕਬੂਲਦਾ, ਮੈਂ ਬੜਾ ਪਾਪ ਕੀਤਾ, ਬਹੁਤ ਲੋਕਾਂ ਦੇ ਤਾਈ ਮੌਤ ਦੇ ਘਾਟ ਉਤਾਰਿਆ, ਆਪ ਮੇਰੇ 'ਤੇ ਰਹਿਮਤ ਕਰੋ, ਮੈਨੂੰ ਉਪਦੇਸ਼ ਬਖਸ਼ੋ। ਗਰੀਬ ਨਿਵਾਜ ਪਾਤਸ਼ਾਹ ਜੀ ਉਸ ਵੇਲੇ ਕਹਿਣ ਲੱਗੇ, ਮਰਦਾਨਿਆਂ ਰਬਾਬ ਸ਼ੇਰ ਬਾਣੀ ਆਈ ਹੈ। ਤੋ ਉਸ ਵੇਲੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸੂਹੀ ਰਾਗ ਦੇ ਵਿੱਚ ਸ਼ਬਦ ਉਚਾਰਨ ਕੀਤਾ, ਉਜਲ ਪੈਹਾਂ ਚਿਲਕਣਾ ਕੋਟਨ ਕਾਲੜੀ ਮਸ, ਧੋਤਿਆਂ ਜੂਠਣਾ ਉਤਰੈ ਜੇ ਸਭ ਧੋਵਾ ਤਿਸ, ਸੱਜਣ ਸਹੀ ਨਾਲ ਮੈਂ ਚੱਲਦਿਆਂ ਨਾਲ ਚਲਾਨ, ਜਿੱਥੇ ਲੇਖਾ ਮੰਗੀਐ ਤਿੱਥੇ ਖੜੇ ਦਿਸਨ। ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਹ ਸ਼ਬਦ ਉਚਾਰਨ ਕੀਤਾ, ਸੱਜਣ ਸਹੀ ਨਾਲ ਮੈਂ। ਮਹਾਰਾਜ ਕਹਿੰਦੇ ਸੱਜਣ ਉਹ ਨੇ ਜਿਹੜੇ ਮੇਰੇ ਨਾਲ ਨੇ, ਚੱਲਦਿਆਂ ਨਾਲ ਚਲਾਨ, ਇੱਥੇ ਇਹ ਨਹੀਂ ਕਿ ਮੜੀਆਂ ਤੱਕ ਜਾ ਕੇ ਸਿਰਿਆਂ ਤੱਕ ਬਸ ਮੁੜ ਆਉਣ, ਉਹ ਸੱਜਣ ਨੇ ਜਿਹੜੇ ਦਰਗਾਹ ਤੱਕ ਅੱਗੇ ਪ੍ਰਲੋਕ ਤੱਕ ਨਾਲ ਜਾਣ। ਫਿਰ ਜਿੱਥੇ ਲੇਖਾ ਮੰਗੀਏ, ਜਿੱਥੇ ਤੇਰੇ ਲੇਖਾਂ ਦਾ ਹਿਸਾਬ ਕਿਤਾਬ ਹੋਵੇ, ਤੇਰੇ ਕਰਮਾਂ ਦਾ ਹਿਸਾਬ ਕਿਤਾਬ ਹੋਵੇ, ਤਿੱਥੇ ਖੜੇ ਦਿਸਣ, ਉੱਥੇ ਖੜੇ ਲੱਭਣਾ, ਉਹ ਸੱਜਣ ਨੇ। ਉਹ ਇਸ ਤਰ੍ਹਾਂ ਦੇ ਨਾਲ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਸੱਜਣ ਦਾ ਉਧਾਰ ਕੀਤਾ। ਤੋ ਗਰੀਬ ਨਿਵਾਜ ਪਾਤਸ਼ਾਹ ਜੀ ਹੋਰ ਸੰਸਾਰ ਦੇ ਵਿੱਚ ਵਿਚਰ ਰਹੇ ਨੇ। ਤੋ ਗਰੀਬ ਨਿਵਾਜ ਪਾਤਸ਼ਾਹ ਜੀ ਨੁਸ਼ਹਿਰੀ ਨਗਰ ਦੇ ਵਿੱਚ ਚਲੇ ਗਏ। ਨੁਸ਼ਹਿਰੀ ਨਗਰ ਦੇ ਵਿੱਚ ਵੇਖਿਆ ਅਤੇ ਉੱਥੇ ਇੱਕ ਸਾਧ ਸਿੰਘ ਜੀ ਸ਼ਾਹ ਸੁਹਾਗਣ ਨਾਮ ਦਾ ਇੱਕ ਪਖੰਡੀ ਬੜਾ ਪਖੰਡ ਰਚਿਆ ਹੋਇਆ, ਅਤੇ ਇਸ ਪ੍ਰਕਾਰ ਤੋਂ ਸੁਹਾਗਣਾਂ ਵਾਲੇ ਕੱਪੜੇ ਲਿਬਾਸ ਪਾਇਆ ਹੋਇਆ, ਅਤੇ ਲੋਕਾਂ ਨੂੰ ਭਰਮਾ ਰਿਹਾ ਕਿ ਮੈਂ ਪਰਮੇਸ਼ਰ ਦੀ ਸੁਹਾਗਣ ਹਾਂ, ਮੈਂ ਸ਼ਾਹ ਸੁਹਾਗਣ, ਮੈਨੂੰ ਸ਼ਾਹ ਦੀ ਪ੍ਰਾਪਤੀ ਹੁੰਦੀ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਇੱਕ ਮਾਤਾ ਦੀ ਸ਼ਰਧਾ ਵੇਖ ਕੇ ਉੱਥੇ ਗਏ। ਜਦੋਂ ਸਾਹੁ ਸੁਹਾਗਣ ਬਾਰੇ ਸੁਣਿਆ, ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਚੱਲ ਮਰਦਾਨਿਆ, ਆਪਾਂ ਜਾ ਕੇ ਮਹਾਂਪੁਰਖ ਨੂੰ ਮਿਲ ਕੇ ਆਈਏ, ਸਾਹੁ ਸੁਹਾਗਣ ਨੂੰ। ਗਰੀਬ ਨਿਵਾਜ ਪਾਤਸ਼ਾਹ ਜੀ ਮਰਦਾਨੇ ਨੂੰ ਨਾਲ ਲਿਆ, ਸਾਹੁ ਸੁਹਾਗਣ ਦਾ ਜਿਹੜਾ ਡੇਰਾ ਬਣਾਇਆ ਹੋਇਆ ਜਿੱਥੇ ਰਹਿੰਦਾ ਉੱਥੇ ਆ ਗਏ। ਗਰੀਬ ਨਿਵਾਜ ਪਾਤਸ਼ਾਹ ਜੀ ਅੱਗੇ ਜੋ ਨਾਮ ਪਰ ਖੜਿਆ ਹੋਇਆ, ਭਾਈ ਮਰਦਾਨੇ ਨੇ ਕਿਹਾ ਕਿ ਸਤਿਗੁਰੂ ਸਾਹਿਬ ਜੀ ਆਏ ਨੇ, ਸਾਹੁ ਸੁਹਾਗਣ ਦੇ ਨਾਲ ਮਿਲਣਾ। ਉਸ ਵੇਲੇ ਨਾਂਹ ਕਰ ਦਿੱਤੀ ਕਿ ਉਹਨਾਂ ਕੋਲ ਅਜੇ ਸਮਾਂ ਨਹੀਂ। ਗਰੀਬ ਨਿਵਾਜ ਪਾਤਸ਼ਾਹ ਜੀ ਕੁਝ ਸਮਾਂ ਰੁਕੇ, ਰੋਕੇ ਕਹਿਣ ਲੱਗੇ ਮਰਦਾਨੀਆਂ ਫਿਰ ਜਾ ਕੇ ਕਹਿ। ਤੋ ਸਾਧ ਸੰਗਤ ਜੀ ਫਿਰ ਅੰਦਰ ਚਲਾ ਗਿਆ, ਸਾਹੁ ਸੁਹਾਗਣ ਨੂੰ ਪੁੱਛਿਆ, ਸਾਹੁ ਸੁਹਾਗਣ ਨੇ ਜਵਾਬ ਦੇ ਦਿੱਤਾ, ਕਹਿਣ ਲੱਗਾ ਕੋਈ ਦਰਵੇਸ਼, ਕੋਈ ਫਕੀਰ ਕਿਸੇ ਸਾਧੂ ਦੇ ਨਾਲ ਮਿਲਣ ਦਾ ਮੈਨੂੰ ਸਮਾਂ ਨਹੀਂ, ਮੈਨੂੰ ਤੇ ਸ਼ਾਹ ਦੀ ਪ੍ਰਾਪਤੀ ਹੋ ਰਹੀ ਹੈ। ਗਰੀਬ ਨਿਵਾਜ ਪਾਤਸ਼ਾਹ ਜੀ ਨੂੰ ਆ ਕੇ ਮਰਦਾਨੀ ਨੇ ਦੱਸਿਆ। ਮਹਾਰਾਜ ਕਹਿਣ ਲੱਗੇ ਚੰਗਾ, ਫਿਰ ਸਾਹੁ ਸੁਹਾਗਣਾ ਤੇਰਾ ਜਿਹੜਾ ਅਸਲੀ ਰੂਪ ਹੈ ਲੋਕਾਂ ਦੇ ਸਾਹਮਣੇ ਆਵੇਗਾ। ਸਤਿਗੁਰ ਗਰੀਬ ਨਿਵਾਜ ਪਾਤਸ਼ਾਹ ਜੀ ਅੱਗੇ ਚਲੇ ਗਏ, ਅੱਗੇ ਚੱਲਦਿਆਂ ਸੰਸਾਰ ਦਾ ਉਧਾਰ ਕੀਤਾ। ਉੱਧਰੋਂ ਸਾਧ ਸੰਗਤ ਜੀ 6 ਮਹੀਨਿਆਂ ਬਾਅਦ, ਸਾਹੁ ਸੁਹਾਗਣ ਮੇਲਾ ਲੱਗਿਆ ਕਰਦਾ ਸੀ ਉਹਦੀ ਜਗ੍ਹਾ 'ਤੇ, ਤੋ ਮੇਲਾ ਲੱਗਣ ਦਾ ਸਮਾਂ ਆਇਆ, ਦੋ ਪਾਰਟੀਆਂ ਬਣ ਗਈਆਂ, ਆਪਸ ਦੇ ਵਿੱਚ ਕੁਝ ਝਗੜਾ ਹੋਇਆ। ਸਾਹੁ ਸੁਹਾਗਣ ਨੇ ਕੁੰਡਾ ਲਾਇਆ ਹੋਇਆ, ਗੁਹਾ ਭੇੜਿਆ ਹੋਇਆ, ਬਾਹਰ ਝਗੜਾ ਵੱਧ ਗਿਆ, ਝਗੜਾ ਨਾ ਸਾਧਿਆ ਗਿਆ। ਕਹਿੰਦੇ ਸਾਹੁ ਸੁਹਾਗਣ ਕੋਲ ਜਾ ਕੇ ਪੁੱਛ ਰਹੇ ਹਾਂ, ਤੋ ਅੱਗੇ ਜਿਹੜਾ ਅਸੀਂ ਨੌਕਰ ਰੱਖਿਆ ਹੋਇਆ ਦਰਵਾਜ਼ਾ ਖੋਲ੍ਹਣ ਤੋਂ ਮਨਾ ਕਰ ਦਿੱਤਾ, ਪਰ ਗੁੱਸਾ ਉਹਨਾਂ ਪਾਰਟੀਆਂ ਦਾ, ਉਹਨਾਂ ਦੋਵਾਂ ਧਿਰਾਂ ਦਾ ਇੰਨਾ ਜ਼ਿਆਦਾ, ਉਹਨਾਂ ਨੇ ਦਰਵਾਜ਼ਾ ਤੋੜ ਕੇ ਜਦੋਂ ਅੰਦਰ ਗਏ, ਵੇਖਿਆ ਕਿ ਸਾਹੁ ਸੁਹਾਗਣ ਬੀਬੀਆਂ ਦੇ ਨਾਲ ਵਿਚਾਰ ਮੰਦ ਕਰਮ ਕਰ ਰਿਹਾ ਸੀ। ਬੜਾ ਕੁਟਾਪਾ ਲਾਇਆ ਕਿ ਅਸੀਂ ਤਾਂ ਸਾਹੁ ਸੁਹਾਗਣ ਮੰਨਦੇ ਸੀ, ਪਰ ਐਸਾ ਵਿਚਾਰੀ, ਐਸਾ ਇਹ ਮੰਦ ਕਰਮੀ ਹੈ। ਉੱਥੋਂ ਸਾਧ ਸਿੰਘ ਜੀ ਦਵਾਲ ਦਿੱਤਾ, ਭੇਜ ਦਿੱਤਾ, ਬਾਹਰ ਕੱਢ ਦਿੱਤਾ। ਸਾਹੁ ਸੁਹਾਗਣ ਦਰ ਦਰ ਦੇ ਭਟਕਣ ਲੱਗਾ, ਤੋ ਕਾਫੀ ਦੁਖੀ ਹੈ। ਉਸ ਵੇਲੇ ਗੁਰੂ ਨਾਨਕ ਪਾਤਸ਼ਾਹ ਜੀ ਫਿਰ ਮੁੜਦਿਆਂ ਹੋਇਆਂ ਨੁਸ਼ਹਿਰੇ ਪਹੁੰਚੇ। ਉੱਥੇ ਸਾਧ ਸੰਗਤ ਜੀ ਜਨਮ ਤੋਂ ਹੀ ਇੱਕ ਕੌੜੀ ਸੀ, ਜਿਹਦਾ ਕੋੜ ਕਦੇ ਠੀਕ ਨਹੀਂ ਸੀ ਹੋਇਆ। ਗਰੀਬ ਨਿਵਾਜ ਪਾਤਸ਼ਾਹ ਜੀ ਦੀ ਸ਼ਰਨ ਦੇ ਵਿੱਚ ਆਇਆ। ਗਰੀਬ ਨਿਵਾਜ ਪਾਤਸ਼ਾਹ ਨੂੰ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਰਹਿਮਤ ਕਰੋ, ਜਿੱਥੇ ਸਾਰੇ ਸੰਸਾਰ ਦਾ ਉਧਾਰ ਕਰਦੇ ਹੋ, ਮੇਰੇ 'ਤੇ ਵੀ ਰਹਿਮਤ ਕਰੋ, ਮੇਰਾ ਵੀ ਕੋੜ ਖਤਮ ਕਰ ਦਿਓ। ਮਹਾਰਾਜ ਕਹਿਣ ਲੱਗੇ, ਭਾਈ ਇਹ ਤਾਂ ਅਕਾਲ ਪੁਰਖ ਦੀ ਰਜ਼ਾ 'ਚ ਹੈ। ਭਾਈ ਮਰਦਾਨਾ ਬੋਲ ਪਿਆ, ਕਹਿਣ ਲੱਗਾ, ਗਰੀਬ ਨਿਵਾਜ ਆਪ ਜੀ ਦੀ ਸ਼ਰਨ ਦੇ ਵਿੱਚ ਆਇਆ, ਆਪ ਰਹਿਮਤਾਂ ਕਰ ਦਿਓ, ਭਰ ਦਿਓ ਝੋਲੀਆਂ ਇਹਦੀਆਂ, ਇਹਨੂੰ ਕਰ ਦਿਓ ਰੋਗ। ਉਸ ਵੇਲੇ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਤੋ ਸਾਧ ਸੰਗਤ ਜੀ ਕੋੜੀ ਰਾਜੀ ਹੋ ਗਿਆ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ, ਇੱਕ ਵਚਨ ਤੈਨੂੰ ਕਰਦੇ ਹਾਂ,
ਜਾ ਕੇ ਕਿਸੇ ਨੂੰ ਦੱਸਣਾ ਨਹੀਂ ਕਿ ਅਸੀਂ ਠੀਕ ਕੀਤਾ ਹੈ। ਜੇ ਕੋਈ ਮਿਲ ਜਾਵੇ ਤੇ ਕਹਿਣੇ ਸੌ ਸੁਹਾਗਣ ਨੇ ਠੀਕ ਕੀਤਾ ਹੈ। ਉਸ ਵੇਲੇ ਸਾਧ ਸੰਗਤ ਜੀ ਸਾਰਾ ਮੁਸ਼ਾਹਰਾ ਨਗਰ ਹੀ ਹੈਰਾਨ ਹੋ ਗਿਆ ਕਿ ਕੋਹੜੀ ਕਿਵੇਂ ਠੀਕ ਹੋ ਗਿਆ। ਜਿਹੜਾ ਕੋਈ ਪੁੱਛਦਾ ਕਿਵੇਂ ਠੀਕ ਕੀਤਾ, ਕਹਿੰਦੇ ਸੌ ਸੁਹਾਗਣ ਨੇ। ਲੋਕ ਮੂੰਹ ਜੋੜ ਜੋੜ ਕੇ ਗੱਲਾਂ ਕਰਨ ਲੱਗ ਪਏ ਵੀ ਅਸੀਂ ਤੇ ਬੜਾ ਕੁਟਾਪਾ ਲਾਇਆ ਉਹਦਾ, ਤੋ ਐਸੀ ਛਿੱਤਰ ਪ੍ਰੇਮੀ ਉਹ ਇੰਨਾ ਗੁਣਾ ਵਾਲਾ ਕੋਹੜੀ ਨੂੰ ਠੀਕ ਕਰ ਦਿੱਤਾ। ਆਪੋ ਵਿੱਚ ਜੁੜ ਜੁੜ ਕੇ ਗੱਲਾਂ ਕਰਦੇ ਨੇ, ਕੋਈ ਕਹਿਣ ਲੱਗੇ ਵੀ ਗਲਤੀ ਹੋ ਗਈ ਹੋਵੇ ਨਾ ਤੇ ਕੋਈ ਕੌਤਕੀ ਕਰਦਾ ਹੋਵੇ। ਇੰਨੇ ਨੂੰ ਸਾਧ ਸੰਗਤ ਜੀ ਕੋਹੜੀ ਜਾ ਰਿਹਾ ਸੀ, ਸੌ ਸੁਹਾਗਣ ਵੀ ਮਿਲ ਪਿਆ। ਸੌ ਸੁਹਾਗਣ ਕਹਿਣ ਲੱਗਾ, ਕੋਹੜੀਆ ਤੈਨੂੰ ਕਿੰਨੇ ਠੀਕ ਕੀਤਾ, ਤੂੰ ਤੇ ਕੋਹੜੀ ਸੀ। ਉਸ ਵੇਲੇ ਕਹਿਣ ਲੱਗਾ ਜੀ ਮੈਨੂੰ ਸੌ ਸੁਹਾਗਣ ਨੇ ਠੀਕ ਕੀਤਾ। ਹੈਰਾਨ ਹੋ ਗਿਆ, ਕਹਿਣ ਲੱਗਾ ਸੌ ਸੁਹਾਗਣ ਤੇ ਮੈਂ ਨਹੀਂ ਆਪ ਦਰਦਾਂ ਦਾ ਮੰਗਤਾ ਬਣਿਆ ਫਿਰਦਾ, ਮੇਰੇ ਤੇ ਆਪਣੇ ਦੁੱਖਾਂ ਦਾ ਕੋਈ ਅੰਤ ਨਹੀਂ, ਤੇ ਇਸ ਪ੍ਰਕਾਰ ਮੈਂ ਤੈਨੂੰ ਕਿਵੇਂ ਠੀਕ ਕਰ ਸਕਦਾ। ਮੇਰਾ ਤੇ ਆਪ ਅੰਦਰ ਕੋੜ ਦੇ ਨਾਲ ਭਰਿਆ ਹੋਇਆ, ਤੋ ਸਤਿਉ ਸੱਚਦਾਸ ਤੈਨੂੰ ਕਿਵੇਂ ਠੀਕ ਕੀਤਾ। ਉਸ ਵੇਲੇ ਕਹਿਣ ਲੱਗਾ ਮੈਨੂੰ ਗੁਰੂ ਨਾਨਕ ਸਾਹਿਬ ਨੇ ਠੀਕ ਕੀਤਾ, ਬੇਨਤੀਆਂ ਕੀਤੀਆਂ, ਗਿੜਗੜਾਇਆ, ਮੈਨੂੰ ਲੈ ਕੇ ਚੱਲ ਮੈਂ ਮਹਾਂਪੁਰਖਾਂ ਨੂੰ ਸਤਿਗੁਰਾਂ ਦੀ ਸ਼ਰਨ ਦੇ ਵਿੱਚ। ਤੋ ਸਾਧ ਸੰਗਤ ਜੀ ਸੌ ਸਾਗਰ ਨੂੰ ਨਾਲ ਲੈ ਕੇ ਉਹ ਕੋਹੜੀ ਜਿਹੜਾ ਅਸੀਂ ਪਾਇਆ ਗੁਰੂ ਸਾਹਿਬ ਦੀ ਸ਼ਰਨ ਦੇ ਵਿੱਚ। ਮਹਾਰਾਜ ਕਹਿਣ ਲੱਗੇ ਆਓ ਜੀ ਸਾਹੁ ਸੁਹਾਗਣ ਜੀ ਕੀ ਹਾਲ ਨੇ। ਉਸ ਵੇਲੇ ਕਹਿਣ ਲੱਗਾ ਮਹਾਰਾਜ ਬਹੁਤ ਮੈਂ ਗਲਤ ਕਰਮ ਕਰਦਾ ਰਿਹਾ, ਪਰ ਜਿਵੇਂ ਇਹ ਕੋਹੜੀ ਤੇ ਕਿਰਪਾ ਕੀਤੀ ਹੈ ਮੇਰੇ ਤੇ ਵੀ ਰਹਿਮਤਾਂ ਕਰੋ। ਗਰੀਬ ਨਵਾਜ ਪਾਤਸ਼ਾਹ ਜੀ ਕਹਿਣ ਲੱਗੇ ਤੂੰ ਕੱਪੜੇ ਰੰਗਾ ਕੇ ਆਪਣੇ ਆਪ ਨੂੰ ਬੜਾ ਤੋ ਸਾਹੁ ਸੁਹਾਗਣ ਬਣਿਆ ਫਿਰਦਾ ਸੀ, ਇਸ ਕਰਕੇ ਬਾਹਰੀ ਰੰਗਾਂ ਦੇ ਨਾਲ ਨਹੀਂ ਅੰਦਰਲਾ ਕਿਤੇ ਮਨ ਰੰਗਿਆ ਜਾਵੇ ਤਾਂ ਮਨ ਫਿਰ ਉਹ ਪਰਮੇਸ਼ਰ ਪ੍ਰਸੰਨ ਹੁੰਦਾ। ਗਰੀਬ ਨਵਾਜ ਪਾਤਸ਼ਾਹ ਜੀ ਨੇ ਸੌ ਸੁਹਾਗਣ ਤੇ ਵੀ ਰਹਿਮਤ ਕੀਤੀ, ਸੌ ਸੁਹਾਗਣ ਨੂੰ ਵੀ ਕਹਿ ਮਹਾਰਾਜ ਕਹਿਣ ਲੱਗੇ ਮਰਦਾਨਿਆ ਗੁਰਬਾਣੀ ਨੇ ਆਈ ਹੈ ਉਸ ਵੇਲੇ ਤਾਰ ਛੇੜੀ ਭਾਈ ਮਰਦਾਨੇ ਨੇ ਤੇ ਸੌ ਸੁਹਾਗਣ ਦਾ ਭਲਾ ਕਰਨ ਵਾਸਤੇ, ਸਾਡੇ ਸੰਸਾਰ ਦਾ ਭਲਾ ਕਰਨ ਵਾਸਤੇ ਗੁਰੂ ਨਾਨਕ ਪਾਤਸ਼ਾਹ ਨੇ ਫਿਰ ਸ਼ਬਦ ਉਚਾਰਨ ਕੀਤਾ। ਆਪਾਂ ਸਾਰੇ ਪੜ੍ਹਦੇ ਗੁਰਮੁਖ ਪਿਆਰੇ ਜਿਹੜੇ ਨਿਤਨੇਮ ਵੀ ਨੇ ਉਹ ਸ਼ਬਦ ਹਜ਼ਾਰੀਆਂ ਦੇ ਵਿੱਚ ਇਸ ਸ਼ਬਦ ਦਾ ਜ਼ਰੂਰ ਜਾਪ ਕਰਦੇ ਨੇ। ਮਹਾਰਾਜ ਕਹਿਣ ਲੱਗੇ ਤਰੰਗ ਮਹੱਲਾ ਪਹਿਲਾ ਤਾਂ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਇਹੋ ਤਨ ਮਾਇਆ ਪਾਹਿਆ ਪਿਆਰੇ ਲੀਤੜਾ ਲੱਭ ਰੰਗਾਏ, ਮੇਰਾ ਕੰਤ ਨਾ ਭਾਵੈ ਚੋਲੜਾ ਪਿਆਰੇ ਕਿਉਂ ਤਨ ਸੇਜੈ ਜਾਏ। ਹਉਂ ਕੁਰਬਾਨੈ ਜਾਓ ਮਿਹਰਬਾਨਾ, ਹਉਂ ਕੁਰਬਾਨੈ ਜਾਓ, ਹਉਂ ਕੁਰਬਾਨੈ ਜਾਓ ਤਿਨਾ ਕਹਿ ਲੈਣ ਜੋ ਤੇਰਾ ਨਾਓ, ਲੈਣ ਜੋ ਤੇਰਾ ਨਾਓ ਤਿਨਾ ਕਹਿ ਹਉਂ ਸਭ ਕੁਰਬਾਨੈ ਜਾਓ ਰਹਾਓ। ਕਾਇਆ ਰੰਗਣ ਜੇ ਥੀਐ ਪਿਆਰੇ ਪਾਈਐ ਨਾਓ ਮਜੀਠ, ਰੰਗਣ ਵਾਲਾ ਜੇ ਰੰਗੈ ਸਾਹਿਬ ਐਸਾ ਰੰਗ ਨਾ ਡੀਠ, ਜਿਨ ਕੇ ਚੋਲੇ ਰਤੜੇ ਪਿਆਰੇ ਕੰਤ ਤਿਨਾ ਕੈ ਪਾਸ, ਧੂੜ ਤਿਨਾ ਕੀ ਜੇ ਮਿਲੈ ਜੀ ਕਹੋ ਨਾਨਕ ਕੀ ਅਰਦਾਸ। ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ, ਨਾਨਕ ਕਾਮਣ ਕੰਤੈ ਭਾਵੈ ਆਪੇ ਹੀ ਰਾਵੇ, ਐਸਾ ਗਰੀਬ ਨਵਾਜ ਪਾਤਸ਼ਾਹ ਜੀ ਨੇ ਸ਼ਬਦ ਉਚਾਰਿਆ। ਕਹਿਣ ਲੱਗੇ ਸਭ ਸੁਹਾਗਣ ਇਹੋ ਤਨ ਮਾਇਆ ਪਾਹਿਆ ਪਿਆਰੇ, ਪਿਆਰਿਆ ਇਹਦੇ ਮਾਇਆ ਦੀ ਪਾ ਚਾੜੀ ਹੋਈ ਹੈ, ਤੂੰ ਲੀਤੜਾ ਲੱਭ ਰੰਗਾਏ, ਤੂੰ ਐਸਾ ਲੱਭ ਦੇ ਨਾਲ ਲਾਲਚ ਦੇ ਨਾਲ ਰੰਗਾਇਆ ਹੋਇਆ ਤਨ ਰੂਪੀ ਚੋਲਾ, ਤੂੰ ਐਸਾ ਮੇਰੇ ਕੰਤ ਨਾ ਭਾਵੈ ਚੋਲੜਾ ਪਿਆਰੇ, ਐਸਾ ਬਾਹਰੀ ਰੰਗਿਆ ਹੋਇਆ ਚੋਲਾ ਮੇਰੇ ਕੰਤ ਮੇਰੇ ਪਰਮੇਸ਼ਰ ਵਾਹਿਗੁਰੂ ਨੂੰ ਭਾਉਂਦਾ, ਇਸ ਕਰਕੇ ਜੇ ਤੂੰ ਰੰਗਣਾ ਚਾਹੁੰਦਾ ਕਾਇਆ ਰੰਗਣ ਜੇ ਥੀਐ ਪਿਆਰੇ, ਜੇ ਆਪਣੇ ਸਰੀਰ ਨੂੰ ਆਪਣੇ ਮਨ ਨੂੰ ਰੰਗਣਾ ਚਾਹੁੰਦਾ ਪਾਈਐ ਨਾਮ ਮਜੀਠ। ਮਹਾਰਾਜ ਕਹਿੰਦੇ ਮਜੀਠੀ ਰੰਗ ਜਿਹੜਾ ਹੈ ਉਹ ਪਾਉਣਾ ਕਰ, ਮਜੀਠੀ ਰੰਗ ਸਾਧ ਸੰਗਤ ਜੀ ਕਿਹੜਾ ਭਗਤੀ ਦਾ ਰੰਗ ਹੈ, ਉਹ ਐਸਾ ਰੰਗ ਮਹਾਰਾਜ ਕਹਿੰਦੇ ਜੇ ਕਿਸੇ ਨੂੰ ਚੜ ਜਾਵੇ ਉਹ ਨੱਚਦਾ ਨਹੀਂ, ਰਾਮ ਰੰਗ ਕਦੇ ਉੱਤਰ ਨਾ ਜਾਏ, ਐਸਾ ਇਹ ਰੰਗ ਹੈ ਕਦੇ ਉੱਤਰਦਾ ਨਹੀਂ। ਗਰੀਬ ਨਵਾਜ ਪਾਤਸ਼ਾਹ ਜੀ ਨੇ ਐਸਾ ਪਾਵਨ ਪਵਿੱਤਰ ਉਪਦੇਸ਼ ਬਖਸ਼ਿਆ ਕਿ ਕਾਇਆ ਰੰਗਣ ਜੇ ਥੀਐ ਪਿਆਰੇ ਪਾਈਐ ਨਾਓ ਮਜੀਠ। ਫਿਰ ਮਹਾਰਾਜ ਕਹਿੰਦੇ ਰੰਗਣ ਵਾਲਾ ਜੇ ਰੰਗੈ ਸਾਹਿਬ, ਜੇ ਰੰਗਣ ਵਾਲਾ ਪਰਮੇਸ਼ਰ ਲਲਾਰੀ ਬਣ ਦੇਵੇਗਾ ਸਾਧ ਸੰਗਤ ਦੇ ਮੱਟ ਦੇ ਵਿੱਚੋਂ ਭਗਤੀ ਦਾ ਰੰਗ ਦੇ ਕਰਕੇ ਮਨ ਰੂਪੀ ਕੱਪੜੇ ਨੂੰ ਰੰਗ ਦੇਵੇ, ਐਸਾ ਰੰਗ ਨਾ ਡੀਠ ਤੇ ਇਹੋ ਜਿਹਾ ਰੰਗ ਦੁਨੀਆਂ ਤੇ ਲੱਭਦਾ ਨਹੀਂ, ਦੇਖਣ ਦੇ ਵਿੱਚ ਨਹੀਂ ਆਉਂਦਾ। ਗਰੀਬ ਨਵਾਜ ਪਾਤਸ਼ਾਹ ਜੀ ਨੇ ਸਭ ਸੁਹਾਗਣ ਤੇ ਐਸੀ ਰਹਿਮਤ ਕੀਤੀ, ਤੋ ਸਾਧ ਸੰਗਤ ਦੀ ਵਿਆਪਤਾ ਦੇ ਸਤਿਗੁਰ ਗਰੀਬ ਨਵਾਜ ਪਾਤਸ਼ਾਹ ਜੀ ਨੇ ਐਸੀਆਂ ਰਹਿਮਤਾਂ ਐਸੀਆਂ ਬਖਸ਼ਿਸ਼ਾਂ ਕੀਤੀਆਂ, ਤੋ ਸਾਧ ਸੰਗਤ ਜੀ ਐਸਾ ਵਿਦਵਾਨ ਪੁਰਖਾਂ ਨੂੰ ਕਹਿਣਾ ਪੈ ਗਿਆ ਕਿ ਸਤਿਗੁਰੂ ਨਾਨਕ ਦੇਵ ਮਹਾਰਾਜ ਤਾਰੇ ਗਿਰੇ ਯਾਦ ਪਰ ਤੇਰੇ ਤਾਰੇ ਨੰਗਨਾਥ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਅੰਬਰ ਤੇ ਤਾਰੇ ਬਹੁਤ ਨੇ, ਇਹਨਾਂ ਦੀ ਗਿਣਤੀ ਹੋ ਨਹੀਂ ਸਕਦੀ, ਪਰ ਹੋ ਸਕਦਾ ਕੋਈ ਐਸਾ
ਬੁੱਧੀਮਾਨ ਕੋਈ ਅਕਲਵਾਲ ਸੰਸਾਰ ਤੇ ਪੈਦਾ ਹੋ ਜਾਵੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੀ ਗਿਣਤੀ ਮਿਣਤੀ ਕਰ ਸਕੇ। ਪਰ ਗਰੀਬ ਨਵਾਜ਼ ਪਾਤਸ਼ਾਹ ਜੀ, ਤਾਰਿਆਂ ਦੀ ਗਿਣਤੀ ਤੇ ਹੋ ਸਕਦੀ ਹੈ, ਪਰ ਜਿਹਨਾਂ ਨੂੰ ਤੁਸੀਂ ਤਾਰਿਆ ਜਾਂ ਤੇਰੇ ਤਾਰਿਆਂ ਦੀ ਗਿਣਤੀ ਨਹੀਂ ਹੋ ਸਕਦੀ। ਐਸੇ ਗੁਰੂ ਨਾਨਕ ਸਾਹਿਬ ਸਾਧ ਸੰਗਤ ਜੀ ਸੰਸਾਰ ਦੇ ਵਿੱਚ ਆਏ, ਦਸਾਂ ਸਰੂਪਾਂ ਦੇ ਵਿੱਚ ਸਤਿਗੁਰਾਂ ਦੀ ਨਿਰੰਜਨੀ ਜੋਤ ਵਰਤੀ ਤੇ ਇਸ ਪ੍ਰਕਾਰ ਸਾਧ ਸੰਗਤ ਜੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦਸਵੇਂ ਸਰੂਪ ਦੇ ਵਿੱਚ ਖਾਲਸਾ ਪੰਥ ਸਾਜਿਆ। ਤੋ ਇਸ ਪ੍ਰਕਾਰ ਹਜ਼ੂਰ ਸਾਹਿਬ ਦੱਖਣ ਨਾਂਦੇੜ ਦੀ ਪਾਵਨ ਪਵਿੱਤਰ ਧਰਤੀ ਦੇ ਗਰੀਬ ਨਵਾਜ਼ ਪਾਤਸ਼ਾਹ ਜੀ ਸਾਨੂੰ ਤਖਤਾਂ ਚਬਰਾਂ ਦੇ ਮਾਲਕ ਸ਼ਬਦ ਨੂੰ ਬਣਾ ਕਰਕੇ ਸ਼ਬਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਬਖਸ਼ ਕਰਕੇ ਗਰੀਬ ਨਵਾਜ਼ ਪਾਤਸ਼ਾਹ ਜੀ ਸਾਨੂੰ ਸ਼ਬਦ ਦੇ ਲੜ ਲਾ ਕੇ ਗਏ ਨੇ। ਤੇ ਇਸ ਕਰਕੇ ਸਾਨੂੰ ਚਾਹੀਦਾ ਜਿੱਥੇ ਆਪਾਂ ਗੁਰੂ ਸਾਹਿਬ ਦੇ ਗੁਰਪੁਰਬ ਮਨਾਉਂਦੇ ਹਾਂ, ਅਵਤਾਰ ਪੁਰਬ ਮਨਾਉਂਦੇ ਹਾਂ, ਤਾਂ ਸਾਧ ਸੰਗਤ ਜੀ ਇਸ ਪ੍ਰਕਾਰ ਸਾਡਾ ਮਨ ਜਿਹੜਾ ਹੈ ਸਤਿਗੁਰਾਂ ਦੀ ਸਿੱਖਿਆ ਨੂੰ ਕਬੂਲੇ, ਸਤਿਗੁਰਾਂ ਦੇ ਉਪਦੇਸ਼ਾਂ ਦੇ ਪਹਿਰਾ ਦੇਵੇ, ਫਿਰ ਸਾਧ ਸੰਗਤ ਜੀ ਬਹੁਤਾ ਲਾਭ ਪ੍ਰਾਪਤ ਹੋਵੇਗਾ। ਤਾਂ ਸਤਿਗੁਰ ਗਰੀਬ ਨਵਾਜ਼ ਪਾਤਸ਼ਾਹ ਜੀ ਕਿਰਪਾ ਕਰਨ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਹੁਕਮਨਾਮਾ ਬਖਸ਼ਿਸ਼ ਕੀਤਾ, ਗੁਰਮੁਖ ਪਿਆਰਿਆਂ ਨੇ ਆਪ ਜੀ ਨੂੰ ਤੋਂ ਪਹਿਲੀਆਂ ਦੋ ਪੰਕਤੀਆਂ ਦਾ ਪਾਠ ਸੁਣਾ ਕਰਕੇ ਨਿਹਾਲ ਕੀਤਾ। ਸਤਿਗੁਰਾਂ ਦਾ ਕੀ ਹੁਕਮ ਹੈ, ਸਤਿਗੁਰਾਂ ਦੀ ਕੀ ਸਿੱਖਿਆ, ਆਪਾਂ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ। ਵਿਚਾਰਾਂ ਦੇ ਨਾਲ ਸਾਂਝ ਪਾਉਂਦਿਆਂ ਹੋਇਆਂ ਮਨ ਚਿੱਤ ਗ੍ਰਸੀਆਂ ਦੀ ਇਕਾਗਰਤਾ ਬਣਾਉਂਦੇ ਹੋਏ ਰਸਨਾ ਨੂੰ ਪਵਿੱਤਰ ਕਰੀਏ। ਸਰਬੱਤ ਸੰਗਤ ਕਿਰਪਾ ਕਰੋ, ਕਰੋ ਰਸਨਾ ਨੂੰ ਪਵਿੱਤਰ ਰੱਖੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਸੂਹੀ ਰਾਗਣੀ ਦੇ ਵਿੱਚ ਸਾਨੂੰ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕਰਕੇ ਨਿਹਾਲ ਕਰ ਰਹੇ ਨੇ। ਤੋ ਸਾਧ ਸੰਗਤ ਜੀ ਇਹ ਸ਼ਬਦ ਦੀ ਉਥਾਨ ਕਰ, ਤੋ ਸੰਤ ਗਿਆਨੀ ਗੁਰਬਚਨ ਸਿੰਘ ਸਾਹਿਬ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇਸ ਤਰ੍ਹਾਂ ਦੇ ਨਾਲ ਦੱਸਦੇ ਨੇ ਕਿ ਜਦੋਂ ਸੁਲਹੀ ਖਾਨ ਤੋ ਚੜ ਕੇ ਆਇਆ ਗਰੀਬ ਨਵਾਜ਼ ਪਾਤਸ਼ਾਹ ਜੀ ਦੇ ਉੱਪਰ, ਪਿਰਥੀਆ ਨੇ ਜਾ ਕੇ ਸ਼ਿਕਾਇਤਾਂ ਕੀਤੀਆਂ। ਉਸ ਵੇਲੇ ਸਾਧ ਸੰਗਤ ਜੀ ਜਦੋਂ ਪਿਰਥੀ ਚੜ ਕੇ ਆ ਰਿਹਾ ਸੀ ਤਾਂ ਗੁਰਸਿੱਖਾਂ ਨੇ ਬੜੀਆਂ ਸਲਾਹਾਂ ਦਿੱਤੀਆਂ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਕਿ ਐਸਾ ਸਾਨੂੰ ਮਹਾਰਾਜ ਕੁਝ ਕਰਨਾ ਚਾਹੀਦਾ। ਗਰੀਬ ਨਵਾਜ਼ ਪਾਤਸ਼ਾਹ ਜੀ ਨੇ ਆਪਣੀ ਸੋਚ, ਆਪਣੇ ਖਿਆਲ ਤੇ ਗੁਰਸਿੱਖਾਂ ਦੇ ਖਿਆਲਾਂ ਨੂੰ ਸ਼ਬਦਾਂ ਦੇ ਵਿੱਚ ਅੰਕਿਤ ਕੀਤਾ। ਗਰੀਬ ਨਵਾਜ਼ ਪਾਤਸ਼ਾਹ ਜੀ ਕਹਿੰਦੇ, ਸਿੱਖ ਕਹਿੰਦੇ, ਪ੍ਰਥਮੇ ਮਤਾ ਜੇ ਪੱਤਰੀ ਚਲਾਵਾ, ਦੁਤੀਏ ਮਤਾ ਦੁਇ ਮਾਨੁਖ ਪਹੁੰਚਾਵਾ, ਤ੍ਰਿਤੀਏ ਮਤਾ ਕਛੁ ਕਰਾ ਉਪਾਇਆ, ਮੈਂ ਸਭ ਕੁਛ ਛੋੜ ਪ੍ਰਭ ਤੋਂ ਹੀ ਧਿਆਇਆ। ਤੋ ਗਰੀਬ ਨਵਾਜ਼ ਪਾਤਸ਼ਾਹ ਜੀ ਕਹਿੰਦੇ, ਕਈ ਗੁਰਸਿੱਖ ਕਹਿਣ ਲੱਗੇ ਕਿ ਆਪਾਂ ਕੋਈ ਚਿੱਠੀ ਲੈ ਕੇ ਭੇਜ ਦਈਏ ਆਪਣੀ ਸਫਾਈ ਦੇ ਵਿੱਚ ਸਰਕਾਰ ਦੇ ਤਾਂ। ਤੋ ਫਿਰ ਕਹਿੰਦੇ ਕਿ ਦੋ ਕੁ ਮਨੁੱਖ ਜਿਹੜੇ ਨੇ ਭੇਜ ਦਈਏ। ਫਿਰ ਗੁਰਸਿੱਖ ਕਹਿਣ ਲੱਗੀ, ਆਪਾਂ ਕੋਈ ਯਤਨ ਕਰੀਏ, ਹਥਿਆਰ ਇਕੱਠੇ ਕਰੀਏ ਉਹਨਾਂ ਦਾ ਮੁਕਾਬਲਾ ਕਰਨ ਵਾਸਤੇ। ਗਰੀਬ ਨਵਾਜ਼ ਪਾਤਸ਼ਾਹ ਜੀ ਕਹਿੰਦੇ, ਮੈਂ ਸਾਰਾ ਕੁਝ ਹੀ ਛੱਡ ਕੇ ਨਾ ਕੋਈ ਪੱਤਰੀ ਲਿਖੀ, ਨਾ ਕੋਈ ਮਨੁੱਖ ਭੇਜੇ, ਨਾ ਕੋਈ ਐਸਾ ਆਪਣਾ ਪ੍ਰਬੰਧ ਕੀਤਾ, ਉਸ ਪਰਮੇਸ਼ਰ ਨੂੰ ਧਿਆਣਾ ਕੀਤਾ। ਉਸ ਵੇਲੇ ਸਾਧ ਸੰਗਤ ਜੀ ਸੁਲਹੀ ਖਾਂ ਜਿਹੜਾ ਸੀ ਤੋ ਸੜ ਕੇ ਮਰਿਆ। ਤੋ ਗਰੀਬ ਨਵਾਜ਼ ਪਾਤਸ਼ਾਹ ਜੀ ਦੇ ਤਾਂ ਗੁਰਸਿੱਖਾਂ ਨੇ ਆ ਕਰਕੇ ਕਿਹਾ, ਮਹਾਰਾਜ ਉਹ ਪਾਪੀ ਦਾ ਨਾਸ ਹੋ ਗਿਆ। ਗਰੀਬ ਨਵਾਜ਼ ਪਾਤਸ਼ਾਹ ਜੀ ਨੇ ਉਸ ਵੇਲੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ, ਅਕਾਲ ਪੁਰਖ ਵਾਹਿਗੁਰੂ ਦੇ ਸਨਮੁਖ ਬਿਰਤੀ ਕਰਕੇ ਵਜਨ ਕੀਤੇ, ਦੀਨਾ ਬੰਧੂ ਅਕਾਲ ਪੁਰਖ ਜੀ ਅੰਤਰਜਾਮੀ ਜੀਓ, ਜਿਸ ਦੇ ਸਿਰ ਉੱਪਰ ਸੁਆਮੀ। ਸੁਆਮੀ ਨਾਮ ਸਾਧ ਸੰਗੀ ਨਾਮ ਹੁੰਦਾ ਮਾਲਕ ਦਾ, ਤੇ ਸੁਆਮੀ ਸੋ ਨਾਮ ਹੁੰਦਾ ਸ੍ਰੇਸ਼ਟ ਦਾ, ਆਮੀ ਨਾਮ ਹੁੰਦਾ ਅੰਮ੍ਰਿਤ ਦਾ, ਜੋ ਪਰਮੇਸ਼ਰ ਵਾਹਿਗੁਰੂ ਅੰਮ੍ਰਿਤ ਹੈ। ਤੋ ਸਾਧ ਸੰਗਤ ਜੀ, ਪਰਮੇਸ਼ਰ ਦਾ ਨਾਮ ਵੀ ਅੰਮ੍ਰਿਤ ਹੈ। ਗੁਰਬਾਣੀ ਦੇ ਵਿੱਚ ਸਤਿਗੁਰਾਂ ਨੇ ਖਿਆਲ ਕਰਵਾਇਆ, ਅੰਮ੍ਰਿਤ ਨਾਮ ਪਰਮੇਸ਼ਰ ਤੇਰਾ, ਜੋ ਸਿਮਰੈ ਸੋ ਜੀਵੈ। ਮਹਾਰਾਜ ਕਹਿੰਦੇ, ਅਕਾਲ ਪੁਰਖ ਤੇਰਾ ਇੱਕ ਨਾਮ ਅੰਮ੍ਰਿਤ ਵੀ ਹੈ, ਤੇ ਇਸ ਕਰਕੇ ਮਹਾਰਾਜ ਕਹਿੰਦੇ ਐਸਾ ਉਹ ਸਵਾਮੀ ਸੋ ਸ੍ਰੇਸ਼ਟ ਅੰਮ੍ਰਿਤ ਰੂਪ ਹੈ, ਸਾਰਿਆਂ ਨੂੰ ਅਮਰ ਕਰਨ ਵਾਲਾ, ਆਪ ਜਨਮ ਮਰਨ ਤੋਂ ਰਹਿਤ, ਜਿਹੜਾ ਉਹਦੀ ਸਿੱਖਿਆ ਵੀ ਚੱਲੇ, ਉਹਦੇ ਉਪਦੇਸ਼ਾਂ ਨੂੰ ਕਮਾਵੇ, ਉਹ ਅਮਰ ਹੋ ਜਾਂਦਾ। ਐਸੇ ਅੰਮ੍ਰਿਤ ਰੂਪ ਮਹਾਰਾਜ ਕਹਿੰਦੇ, ਹੇ ਅਕਾਲ ਪੁਰਖ ਵਾਹਿਗੁਰੂ ਜੀ, ਉਹ ਸਰਬ ਕੇ ਮਾਲਕ, ਜਿਹਨਾਂ ਦੇ ਉੱਪਰ ਤੂੰ ਹੋਵੇ, ਜਿਹਨਾਂ ਦੇ ਉੱਪਰ ਤੁਸੀਂ ਹੋਵੋ। ਤੋ ਸਾਧ ਸੰਗਤ ਜੀ, ਅੱਜ ਆਪਾਂ ਸਤਿਕਾਰ ਦੇ ਨਾਲ ਕਿਸੇ ਨੂੰ ਤੁਸੀਂ ਸ਼ਬਦ ਵਰਤਦੇ ਹਾਂ, ਪਰ ਇਹਨਾਂ ਸ਼ਬਦਾਂ ਦੇ ਵਿੱਚ ਸਾਧ ਸੰਗਤ ਜੀ ਐਸਾ ਮਿਠਾਸ ਹੈ, ਪਰ ਸਾਧ ਸੰਗਤ ਜੀ ਮਤਲਬ ਜ਼ਿਆਦਾ। ਪਰ ਜੋ ਸਤਿਗੁਰੂ ਮਹਾਰਾਜ ਜੀ ਗੁਰਬਾਣੀ ਦੇ ਵਿੱਚ ਤੂੰ ਸ਼ਬਦ ਵਰਤਿਆ, ਉਸੇ ਤੂੰ ਸ਼ਬਦ ਦੇ ਵਿੱਚ ਬੜੀਆਂ ਬਰਕਤਾਂ ਨੇ।
ਤਾਂ ਕਬੀਰ ਸਾਹਿਬ ਜੀ ਦੇ ਤਾਈ ਕਬੀਰ ਸਾਹਿਬ ਜੀ ਆਪਣਾ ਬਚਨ ਕਰਦੇ ਨੇ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਦ ਆਪਾ ਪਰਕਾ ਮਿਟ ਗਿਆ, ਜਦ ਦੇਖਾ ਤਦ ਤੂੰ। ਕਬੀਰ ਸਾਹਿਬ ਜੀ ਕਹਿੰਦੇ ਮੈਂ ਤੇ ਤੂੰ ਤੂੰ ਕਰਦਾ ਤੇਰਾ ਹੀ ਰੂਪ ਹੋ ਗਿਆ, ਮੇਰੇ ਵਿੱਚ ਹੂੰ ਨਹੀਂ ਰਹੀ, ਹੰਗਤਾ ਨਹੀਂ ਰਹੀ, ਮੇਰੀ ਆਪਣਤ ਮਿਟ ਗਈ, ਮੇਰਾ ਆਪਾ ਮੇਰਾ ਹੰਕਾਰ ਮਿਟ ਗਿਆ। ਇਸ ਕਰਕੇ ਜਦ ਆਪਾ ਪਰਕਾ ਮਿਟ ਗਿਆ, ਜਦੋਂ ਆਪਣੇ ਤੇ ਪਰਾਏ ਦੀ ਜਿਹੜੀ ਸੀ ਗੱਲ ਹੀ ਮਿਟ ਗਈ, ਤੇ ਇਸ ਪ੍ਰਕਾਰ ਐਸਾ ਜਿਹੜੀ ਸੀ ਵਿਸਰ ਗਈ, ਜਦ ਸਭ ਤਾਤ ਪਰਾਈ, ਜਦ ਤੇ ਸਾਧ ਸੰਗਤ ਮੋਹਿ ਪਾਈ, ਨਾ ਤੋ ਬੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਜਦੋਂ ਸਾਰਿਆਂ ਦੇ ਨਾਲ ਬਣ ਆ ਗਈ, ਦ੍ਰਿਸ਼ਟੀ ਸਾਫ ਹੋ ਗਈ, ਕਹਿੰਦੇ ਜਦ ਦੇਖਾ ਤਦ ਤੂੰ, ਜਿੱਥੇ ਵੇਖਦਾ ਮੈਨੂੰ ਤੇਰੇ ਦਰਸ਼ਨ ਹੁੰਦੇ ਨੇ। ਇਸ ਕਰਕੇ ਤੂੰ ਸ਼ਬਦ ਦੇ ਵਿੱਚ ਬੜੀਆਂ ਬਰਕਤਾਂ ਨੇ, ਤੇ ਇਸ ਕਰਕੇ ਹੂੰ ਤੇ ਮੇਰਾ ਨੂੰ ਛੱਡ ਕੇ ਜੇ ਤੂੰ ਤੇ ਤੇਰਾ ਤੇ ਆਪਾਂ ਆ ਜਾਈਏ, ਤੇ ਸਾਧ ਸੰਗ ਜੀ ਛੇਤੀ ਰਹਿਣ ਤਾਂ ਹੋ ਜਾਣ। ਇਸ ਕਰਕੇ ਗਰੀਬ ਨਿਵਾਜ ਪਾਤਸ਼ਾਹ ਜੀ ਦੇ ਪਾਵਨ ਬਚਨ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਬਚਨ ਕਰ ਰਹੇ ਨੇ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਸਵਾਮੀ ਸਰ ਕੇ ਮਾਲਕ, ਜਿਹਦੇ ਸਿਰ ਦੇ ਉੱਪਰ ਤੁਸੀਂ ਰਖਵਾਲੇ ਹੋ ਕੇ ਖੜ ਜਾਵੋ, ਕਿਸ ਤਰ੍ਹਾਂ ਦੇ ਨਾਲ ਦੁੱਖ ਪਾ ਸਕਦਾ ਭਾਵ ਨਹੀਂ ਪਾ ਸਕਦਾ, ਜਿਹਦੇ ਤੇ ਤੁਸੀਂ ਕਿਰਪਾਲੂ ਕਿਰਪਾ ਕਰਨ ਵਾਲੇ ਹੋ ਜਾਵੋ, ਉਹ ਮਨੁੱਖ ਕਦੇ ਦੁੱਖ ਨਹੀਂ ਪਾ ਸਕਦਾ, ਉਹਨੂੰ ਕੋਈ ਦੁੱਖ ਕੋਈ ਤਕਲੀਫ ਕੋਈ ਹੋ ਨਹੀਂ ਸਕਦੀ ਹੈ। ਇਸ ਪ੍ਰਕਾਰ ਮਹਾਰਾਜ ਕਹਿੰਦੇ ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਾਤਾ ਨਾਲ ਹੁੰਦਾ ਮਸਤ ਹੋਏਗਾ, ਇਸ ਕਰਕੇ ਜੇ ਢਿੱਲਾ ਪਾਠ ਮਾਤਾ ਕਰਾਂਗੇ ਤੇ ਮਾਂ ਦਾ ਅਰਥ ਬਣ ਜਾਵੇਗਾ। ਇਸ ਕਰਕੇ ਮਾਤਾ ਗਰੀਬ ਨਿਵਾਜ ਕਹਿੰਦੇ ਬੋਲ ਨਾ ਜਾਣੈ ਮਾਇਆ ਮਦ ਮਾਤਾ, ਕਿ ਐਸਾ ਜਿਹੜਾ ਸੁਲਹੀ ਖਾਨ ਤੋਂ ਬੋਲ ਨਹੀਂ ਸੀ ਜਾਣਦਾ, ਇੱਕ ਪਰਉਪਕਾਰੀ ਹੈ, ਇੱਕ ਬੋਲ ਵੀ ਨਹੀਂ ਸੀ ਜਾਣਦਾ। ਇਸ ਕਰਕੇ ਬੋਲੇ ਹੋਏ ਕਿਸੇ ਗਰੀਬ ਦੇ ਨੂੰ ਨਹੀਂ ਸੀ ਜਾਣਦਾ, ਹੰਕਾਰ ਦੇ ਵਿੱਚ ਮਸਤਿਆ ਹੋਇਆ ਸੀ, ਮਾਇਆ ਮਦ ਮਾਤਾ ਤੇ ਮਾਇਆ ਦੀ ਮਦ ਸ਼ਰਾਬ ਪੀ ਕੇ ਮਾਤਾ ਮਸਤ ਹੋਇਆ ਸੀ। ਇਸ ਕਰਕੇ ਮਹਾਂਪੁਰਖ ਤੋਂ ਅਰਥ ਕਰਨ ਵਾਸਤੇ ਜਿਹੜਾ ਅਸੀਂ ਨੰਨੇ ਨੂੰ ਨਾਲ ਜੋੜ ਕੇ ਕਹਿੰਦੇ ਬੋਲਣ ਜਾਣਾ ਮਾਇਆ ਮਦ ਮਾਤਾ, ਤੋਂ ਐਸਾ ਕਿ ਮਾਇਆ ਦੇ ਵਿੱਚ ਬੋਲਣ ਜਾਣਾ, ਬੋਲਣਾ ਹੀ ਜਾਣਦਾ, ਝੱਖਾ ਮਾਰਨੀਆਂ ਹੀ ਜਾਣਦਾ, ਕੋਈ ਪਰਉਪਕਾਰੀ ਬਚਨ ਨਹੀਂ ਜਾਣਦਾ, ਮਾਇਆ ਦੇ ਵਿੱਚ ਜਿਹੜਾ ਮਸਤਿਆ ਹੋਇਆ ਸੁਲਹੀ ਖਾਨ ਸੀ। ਇਸ ਕਰਕੇ ਐਸਾ ਮਸਤਿਆ ਹੋਇਆ ਕਹਿੰਦੀ ਮਰਨਾ ਵੀ ਇਹਨੂੰ ਚਿੱਤ ਵਿੱਚ ਨਹੀਂ ਸੀ, ਇਸ ਕਰਕੇ ਮਰਨਾ ਵੀ ਭੁੱਲਿਆ ਹੋਇਆ ਸੀ ਕਿ ਮਰਨਾ ਕਿਸ ਤਰ੍ਹਾਂ ਕਿ ਮੈਂ ਸੰਸਾਰ ਦੇ ਵਿੱਚ ਆਇਆ, ਮੈਂ ਸੰਸਾਰ ਦੇ ਵਿੱਚੋਂ ਜਾਣਾ ਵੀ ਹੈ। ਇਸ ਕਰਕੇ ਸਾਧ ਸੰਗਤ ਜੀ ਮਰਨ ਲਿਖਾਏ ਮੰਡਲ ਮਹੇ ਆਏ, ਮਰਨ ਲਿਖਾਏ ਆਏ ਨਹੀਂ ਰਹਿਣਾ, ਇਸ ਕਰਕੇ ਸਾਰਿਆਂ ਦੇ ਸਿਰ ਤੇ ਜਿਹੜਾ ਹੈ ਲੇਖ ਲਿਖਿਆ ਹੋਇਆ, ਸਭਨਾ ਜੀਆ ਸਿਰ ਲੇਖ ਤੁਰਾਹੂ, ਬਿਨ ਲੇਖੇ ਨਹੀਂ ਕੋਈ ਜੀਉ, ਐਸਾ ਇਹ ਜਿਹੜਾ ਮੌਤ ਦਾ ਲੇਖ ਸਾਰਿਆਂ ਤੇ ਲਿਖਿਆ ਹੋਇਆ ਹੈ, ਪਰ ਆਪਾਂ ਸੰਸਾਰ ਦੇ ਵਿੱਚ ਖਚਤ ਹੋ ਕਰਕੇ, ਸੰਸਾਰ ਦੇ ਪਦਾਰਥਾਂ ਦੇ ਵਿੱਚ ਖਚਤ ਹੋ ਕਰਕੇ ਉਹਨਾਂ ਲੇਖਾਂ ਨੂੰ ਉਹਨਾਂ ਸੱਚਾਈ ਤੋਂ ਦੂਰ ਹਾਂ, ਇਸ ਕਰਕੇ ਉਹਨੂੰ ਭੁੱਲੇ ਹੋਏ ਆ। ਜਦੋਂ ਕਿਸੇ ਕੋਲ ਮਾਇਆ ਆ ਜਾਵੇ, ਕੋਈ ਰੁਤਬਾ ਆ ਜਾਵੇ, ਫਿਰ ਤੇ ਇਹਨਾਂ ਚੀਜ਼ਾਂ ਦਾ ਬਾਹਲਾ ਅਸਰ ਹੋ ਜਾਂਦਾ ਹੈ। ਇਸ ਕਰਕੇ ਸੁਲਹੀ ਖਾਨ ਦੇ ਕੋਲ ਰੁਤਬਾ ਸੀ, ਇਸ ਕਰਕੇ ਉਹਦੇ ਵਿੱਚ ਜਿਹੜਾ ਮਸਤ ਹੋਇਆ, ਮਹਾਰਾਜ ਕਹਿੰਦੇ ਮਰਨਾ ਚੀਤ ਨਾ ਆਵੇ, ਉਹਨੂੰ ਮਰਨਾ ਵੀ ਚਿੱਤ ਵਿੱਚ ਨਹੀਂ ਸੀ ਆਉਂਦਾ, ਪਰ ਅਕਾਲ ਪੁਰਖ ਵਾਹਿਗੁਰੂ ਨੇ ਆਪ ਹੀ ਸਾਂਭ ਲਿਆ। ਮੇਰੇ ਰਾਮ ਰਾਏ ਤੂੰ ਸੰਤਾ ਕਾ ਸੰਤ ਤੇਰੇ, ਤੋ ਗਰੀਬ ਨਿਵਾਜ ਪਾਤਸ਼ਾਹ ਜੀ ਵਚਨ ਕਰ ਰਹੇ, ਮੇਰੇ ਰਾਮ ਰਾਏ, ਹੇ ਮੇਰੇ ਰਾਮ ਰਮੇ ਹੋਏ ਅਕਾਲ ਪੁਰਖ ਰਾਏ ਰਾਜਾ ਰੂਪ, ਤੂੰ ਸੰਤਾਂ ਦਾ, ਤੂੰ ਆਪਣੇ ਸੰਤਾਂ ਦਾ ਮਹਾਂਪੁਰਖਾਂ ਤੱਪ ਦਿੱਤਿਆਂ ਦਾ, ਸੰਤ ਤੇਰੇ ਤੇ ਸੰਤ ਤੇਰੇ ਨੇ। ਇੱਥੇ ਸਾਧ ਸੰਗਤ ਜੀ ਕਈ ਅਖੌਤੀ ਵਿਦਵਾਨ ਪ੍ਰਚਾਰ ਕਰਦੇ ਆ, ਕਹਿੰਦੇ ਜੀ ਸੰਤ ਸ਼ਬਦ ਜਿਹੜਾ ਸੰਗਤ ਵਾਸਤੇ ਹੈ, ਕਿਤੇ ਸੰਤਾਂ ਦੀ ਸਿਫਤ ਨਹੀਂ ਕੀਤੀ ਗਈ। ਤਾਂ ਸਾਧ ਸੰਗਤ ਜੀ ਸੰਤ ਸ਼ਬਦ ਜਿਹੜਾ ਸੰਤਾਂ ਵਾਸਤੇ ਵੀ ਹੈ, ਸੰਤ ਸ਼ਬਦ ਵਾਹਿਗੁਰੂ ਵਾਸਤੇ ਵੀ ਹੈ, ਸੰਤ ਸ਼ਬਦ ਗੁਰੂ ਵਾਸਤੇ ਵੀ ਹੈ, ਤੇ ਸੰਤ ਸ਼ਬਦ ਜਿਹੜਾ ਸੰਗਤ ਵਾਸਤੇ ਵੀ ਹੈ। ਇਸ ਕਰਕੇ ਜਿਹਨਾਂ ਨੂੰ ਨਹੀਂ ਪਤਾ, ਐਸਾ ਅਖੌਤੀ ਪ੍ਰਚਾਰ ਕਰੀ ਜਾਂਦੇ ਨੇ, ਕਹਿੰਦੇ ਜੀ ਸੰਗਤ ਜਿਹੜਾ ਸੰਤ ਸ਼ਬਦ ਹੈ ਉਹ ਕਹਿੰਦੇ ਸੰਗਤ ਵਾਸਤੇ ਹੀ ਹੈ, ਪਰ ਉਹਨਾਂ ਦੇ ਕੋਲੋਂ ਇਹ ਪੁੱਛੋ ਕਿ ਇਸ ਪੰਕਤੀ ਦੇ ਅਰਥ ਕਰੋ, ਸੰਤ ਪ੍ਰਹਿਲਾਦ ਕੀ ਪੈਜ ਜਿਨ ਰਾਖੀ, ਹਰਨਾਕਸ਼ ਨਟ ਬਿਦਰਿਓ, ਇਹਦੇ ਅਰਥ ਕਰੋ ਕਿ ਸੰਗਤ ਦੀ ਪਰਮ ਪੈਜ ਰੱਖੀ ਸੀ, ਹਰਨਾਕਸ਼ ਸੰਗਤ ਨੂੰ ਮਾਰਨਾ ਚਾਹੁੰਦਾ ਸੀ। ਇਸ ਕਰਕੇ ਐਸੇ ਕੁਝ ਪ੍ਰਚਾਰਾਂ ਤੋਂ ਆਪਾਂ ਬਚੀਏ, ਤਾਂ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਨੇ ਉਹਨਾਂ ਨੂੰ ਸੰਤਾਂ ਕਰਕੇ ਵਡਿਆਇਆ ਗਿਆ,
ਉਹਨਾਂ ਦੀ ਸੇਵਤ ਮੇਰੇ ਸਤਿਗੁਰ ਮਹਾਰਾਜ ਨੇ ਕੀਤੀ ਹੈ। ਇਸ ਕਰਕੇ ਸੰਤਾਂ ਦੀ ਪੈਰ ਉਹ ਪਰਮੇਸ਼ਰ ਵਾਹਿਗੁਰੂ ਰੱਖਦਾ ਆਇਆ, ਇਸ ਕਰਕੇ ਭਗਤਾਂ ਦੀ ਪੈਰ ਰੱਖਦਾ ਆਇਆ। ਇੱਥੇ ਵੀ ਜੇ ਗਰੀਬ ਨਿਵਾਜ ਮਹਾਰਾਜ ਜੀ ਨੇ ਸੰਤ ਸ਼ਬਦ ਵਰਤੇ ਹੈ, ਉਹਨਾਂ ਸੰਤਾਂ ਵਾਸਤੇ ਜੋ ਵਾਹਿਗੁਰੂ ਦੇ ਹੋ ਗਏ, ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਪਛਾਣ ਲਿਆ। ਇਸ ਕਰਕੇ ਮਹਾਰਾਜ ਕਹਿੰਦੇ ਤੂੰ ਸੰਤਾਂ ਦਾ ਸੰਤ ਤੇਰੇ, ਮਹਾਰਾਜ ਤੂੰ ਸੰਤਾਂ ਦਾ, ਸੰਤਾਂ ਨੇ ਤੈਨੂੰ ਆਪਣਾ ਬਣਾਇਆ ਤੇ ਉਹ ਤੇਰੇ ਨੇ। ਹੁਣ ਸਾਧ ਸੰਗਤ ਜੀ ਐਸਾ ਵੀ ਪ੍ਰਚਾਰ ਹੁੰਦਾ ਕਿ ਸੰਤਾਂ ਦੀਆਂ ਬਰਸੀਆਂ ਜੋੜ ਮੇਲੇ ਕਿਉਂ ਮਨਾਏ ਜਾਂਦੇ ਨੇ? ਇਸ ਕਰਕੇ ਜੇ ਤੇ ਉਹਨਾਂ ਦੇ ਵਿੱਚ ਕਿਸੇ ਮਹਾਂਪੁਰਖ ਦੇ ਨਾਲ ਹੀ ਜੋੜਿਆ ਜਾਂਦਾ ਫਿਰ ਤੇ ਇਹ ਗਲਤ ਹੈ, ਪਰ ਜੇ ਉਹਨਾਂ ਸਮਾਗਮਾਂ ਦੇ ਵਿੱਚ ਸਤਿਗੁਰਾਂ ਦੀ ਵਡਿਆਈ ਹੁੰਦੀ ਹੈ, ਖੰਡੇ ਬਾਟੇ ਦੀ ਅੰਮ੍ਰਿਤ ਦੇ ਨਾਲ ਜੋੜਿਆ ਜਾਂਦਾ, ਫਿਰ ਇਹਦੇ ਵਿੱਚ ਕੀ ਮਾੜੀ ਗੱਲ ਹੈ? ਇਸ ਕਰਕੇ ਮਹਾਰਾਜ ਕਹਿੰਦੇ ਜੋ ਹਰ ਜਨ ਕੀ ਉਸਤਤ ਹੈ ਸਾ ਹਰ ਕੀ ਵਡਿਆਈ, ਹਰ ਆਪਣੀ ਵਡਿਆਈ ਭਾਵ ਦੀ ਜਾਣਕਾਰ ਜੈਕਾਰ ਕਰਾਈ। ਇੱਥੇ ਮਹਾਰਾਜ ਨੇ ਸਪਸ਼ਟ ਕਰ ਦਿੱਤਾ ਕਿ ਜੋ ਹਰੀ ਦੇ ਜਨਾਂ ਦੀ, ਉਹਦੇ ਸੰਤਾਂ ਮਹਾਂਪੁਰਖਾਂ ਦੀ ਉਸਤਤ ਹੈ, ਉਹ ਹਰੀ ਦੀ ਵਡਿਆਈ ਇੱਕੋ ਹੀ ਹੈ। ਇਸ ਕਰਕੇ ਹਰੀ ਅਕਾਲ ਪੁਰਖ ਨੂੰ ਆਪਣੀ ਵਡਿਆਈ ਪਾਉਂਦੀ ਹੈ, ਇਸ ਕਰਕੇ ਜਨਾਂ ਦਾ ਆਪਣੇ ਮਹਾਂਪੁਰਖਾਂ ਦਾ ਜੈਕਾਰ ਸੰਸਾਰ ਦੇ ਵਿੱਚ ਕਰਾਉਂਦਾ। ਹਰ ਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ, ਜਿਹਨਾਂ ਦੇ ਹਿਰਦੇ ਤੇ ਮਨ ਤਨ ਦੇ ਵਿੱਚ ਪਰਮੇਸ਼ਰ ਵਸ ਜਾਵੇ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ। ਇਸ ਕਰਕੇ ਸਾਧ ਸੰਗਤ ਜੀ ਬੜਾ ਪ੍ਰਚਾਰ ਸਰੋਵਰਾਂ ਤੇ ਗਲਤ ਪ੍ਰਚਾਰ, ਦਸਮ ਗ੍ਰੰਥ ਸਾਹਿਬ ਦੀ ਬਾਣੀ ਤੇ ਗਲਤ ਪ੍ਰਚਾਰ, ਤੇ ਇਸ ਪ੍ਰਕਾਰ ਜਿਹੜੇ ਸਾਡੇ ਜਥੇਦਾਰਾਂ ਨੇ ਉਹਨਾਂ ਤੇ ਵੀ ਸਾਧ ਸੰਗਤ ਜੀ ਟੀਕਾ ਟਿੱਪਣੀਆਂ, ਤੇ ਇਸ ਕਰਕੇ ਪਿੱਛੇ ਜੇ ਆਇਆ ਸਭ ਜੀ ਧੁੰਦਾ ਤਾਂ ਬੜਾ ਮਾਰ ਕੇ ਮਾਹੌਲ ਨੂੰ ਖਰਾਬ ਕੀਤਾ, ਤੇ ਇਸ ਪ੍ਰਕਾਰ ਐਸੇ ਪ੍ਰਚਾਰ ਜਿਹੜੇ ਸਾਧ ਸੰਗਤ ਜੀ ਸਾਧ ਗੁਰੂ ਕੇ ਮਹਾਰਾਜ ਤੋਂ ਸਾਡੀ ਸ਼ਰਧਾ ਨੂੰ ਤੋੜਦੇ ਨੇ, ਐਸੇ ਵਚਨ ਕੀਤੇ, ਤੇ ਇਸ ਕਰਕੇ ਸਾਨੂੰ ਸੁਚੇਤ ਰਹਿਣਾ ਚਾਹੀਦਾ ਕਿ ਐਸੇ ਪ੍ਰਚਾਰ ਤੋਂ ਆਪਾਂ ਨੂੰ ਬਚਿਆ ਜਾਵੇ। ਸਰੋਵਰ ਜੇ ਸਤਿਗੁਰੂ ਮਹਾਰਾਜ ਨੇ ਬਣਾਏ ਨੇ ਉਹਨਾਂ ਦਾ ਕੋਈ ਮਹਾਤਮ ਹੈ, ਤੇ ਇਸ ਕਰਕੇ ਐਸਾ ਗਰੀਬ ਨਿਵਾਜ ਪਾਤਸ਼ਾਹ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ, ਤੋ ਜੋ ਸਰੋਵਰਾਂ ਦੀ ਮਹਾਨਤਾ ਹੈ, ਜੋ ਨਾਮ ਜਪਣ ਵਾਲਿਆਂ ਦੀ ਮਹਾਨਤਾ ਹੈ, ਤੋ ਸਾਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਅੰਕਿਤ ਕੀਤੀ ਹੈ। ਇਸ ਕਰਕੇ ਐਸੇ ਕੁਝ ਹੀ ਪ੍ਰਚਾਰ ਤੋਂ ਆਪਾਂ ਬਚ ਕੇ ਗੁਰਬਾਣੀ ਦੇ ਪ੍ਰਚਾਰ, ਜੋ ਮੂਲ ਪ੍ਰਚਾਰ ਹੈ, ਉਹਦੇ ਨਾਲ ਜੁੜਨ ਦਾ ਆਪਾਂ ਯਤਨ ਕਰੀਏ। ਗਰੀਬ ਨਿਵਾਜ ਪਾਤਸ਼ਾਹ ਜੀ ਵਚਨ ਕਰ ਰਹੇ ਨੇ ਕਿ ਤੂੰ ਸੰਤਾਂ ਦਾ ਸੰਤ ਤੇਰੇ, ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੇ ਤੇਰੇ ਸੰਤ, ਤੇਰਾ ਨਾਮ ਜਪਣ ਵਾਲੇ, ਤੇਰੀ ਬੰਦਗੀ ਕਰਨ ਵਾਲੇ, ਤੂੰ ਉਹਨਾਂ ਦਾ ਹੈ ਤੇ ਉਹ ਤੇਰੇ ਹੋ ਗਏ ਨੇ। ਸੰਸਾਰ ਦੇ ਪਦਾਰਥਾਂ ਦੀ, ਸੰਸਾਰ ਦੀ ਇੱਛਾ ਨੂੰ ਤਿਆਗਦਿਆਂ ਹੋਇਆ ਤੇਰੇ ਮਿਲਣ, ਤੇਰੇ ਦਰਸ਼ਨਾਂ ਦੀ ਇੱਛਾ ਕਰਕੇ ਉਹ ਤੇਰੇ ਹੋ ਗਏ। ਗੁਰਮੁਖ ਪਿਆਰੇ ਤੇਰੇ ਸੇਵਕ ਕਾਉ ਭਾਉ ਕਿਛ ਨਾਹੀ। ਤੋ ਗਰੀਬ ਨਿਵਾਜ ਪਾਤਸ਼ਾਹ ਜੀ ਵਚਨ ਕਰ ਰਹੇ ਨੇ ਜੋ ਤੇਰਾ ਸੇਵਕ ਬਣ ਜਾਂਦਾ ਹੈ, ਜੋ ਤੇਰੀ ਸੇਵਾ ਦੇ ਵਿੱਚ ਲੱਗ ਜਾਵੇ, ਉਸ ਸੇਵਕ ਨੂੰ ਕਿਸੇ ਪ੍ਰਕਾਰ ਦਾ ਕੋਈ ਭਾਉ, ਕੋਈ ਡਰ ਰਹਿ ਨਹੀਂ ਜਾਂਦਾ। ਤੋ ਸਾਧ ਸੰਗਤ ਜੀ ਐਸਾ ਇਹ ਮਨੁੱਖ ਦੀ ਆਦਤ ਹੈ, ਤਗੜੇ ਕੋਲੋਂ ਡਰਨਾ ਤੇ ਮਾੜੇ ਨੂੰ ਡਰਾਉਣਾ, ਤੇ ਇਸ ਪ੍ਰਕਾਰ ਐਸਾ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਜਿਹੜਾ ਤੇਰਾ ਸੇਵਕ ਬਣ ਜਾਵੇ, ਜਿਹਨੂੰ ਗਿਆਨ ਹੋ ਜਾਵੇ, ਜਿਹੜਾ ਗਿਆਨੀ ਹੋ ਜਾਵੇ, ਨਾ ਉਹਨੂੰ ਕਿਸੇ ਪ੍ਰਕਾਰ ਦਾ ਭੈ ਤੇ ਨਾ ਕਿਸੇ ਪ੍ਰਕਾਰ ਦਾ ਉਹ ਡਰ, ਨਾ ਤਗੜੇ ਨੂੰ ਡਰਦਾ ਤੇ ਨਾ ਮਾੜੇ ਨੂੰ ਡਰਾਉਂਦਾ। ਭੈ ਕਾਹੂ ਕਹੋ ਦੇਤ ਨਹਿ ਨਹਿ ਪੈ ਮਾਨਤ ਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਵਖਾਨ। ਤੋ ਇਸ ਤਰ੍ਹਾਂ ਦੇ ਨਾਲ ਉਹ ਗਿਆਨਵਾਨ ਪੁਰਖ ਹੁੰਦਾ ਹੈ, ਉਹਨੂੰ ਕਿਸੇ ਪ੍ਰਕਾਰ ਦਾ, ਕਿਸੇ ਦਾ ਡਰ, ਕਿਸੇ ਦਾ ਭੈ ਨਹੀਂ ਹੁੰਦਾ ਹੈ। ਜਿਹੜਾ ਤੇਰਾ ਸੇਵਕ ਤੇਰਾ ਨਾਮ ਬਾਣੀ ਦੇ ਵਿੱਚ ਰੰਗਿਆ ਹੋਇਆ, ਤੋ ਐਸਾ ਦੁਨੀਆਂ ਦੇ ਲੋਕਾਂ ਨੇ ਉਹਦਾ ਕੀ ਵਿਗਾੜਨਾ ਹੈ, ਜਮ ਵੀ ਜਿਹੜਾ ਹੈ ਉਹਦੇ ਨੇੜੇ ਨਹੀਂ ਆਉਂਦਾ। ਤੋ ਐਸਾ ਜਿਹੜਾ ਹੈ ਤੋ ਭੇਡਾਂ ਲੈ ਕੇ ਅੱਗੇ ਜਿਹੜੇ ਜਮ ਜਿਹੜੇ ਨੇ ਮਿਲਦੇ ਨੇ। ਤੋ ਗਰੀਬ ਨਿਵਾਜ ਪਾਤਸ਼ਾਹ ਕਹਿੰਦੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਚੇਤੇ ਕਰ, ਤੇ ਇਸ ਕਰਕੇ ਜਮ ਦੂਤ ਜਿਹੜੇ ਤੇਰੇ ਨੇੜੇ ਨਹੀਂ ਲੱਗਣਗੇ। ਦੁੱਖ ਨਾ ਲੱਗੇ ਕਦੇ ਤੁਧ ਪਾਰ ਬ੍ਰਹਮ ਚਿਤਾਰੇ, ਜਾਂ ਕੰਕਰ ਨੇੜ ਨਾ ਆਵਈ ਗੁਰਸਿੱਖ ਪਿਆਰੇ। ਐਸਾ ਗਰੀਬ ਨਿਵਾਜ ਪਾਤਸ਼ਾਹ ਜੀ ਵਚਨ ਕਰਦੇ ਨੇ ਕਿ ਜਾਮ ਵੀ ਜਾਮ ਦੂਤ ਵੀ ਉਹਨਾਂ ਤੋਂ ਜਿਹੜਾ ਹੈ ਦੂਰ ਭੱਜਦਾ ਹੈ। ਤੋ ਨਾਮ ਸੁਣਤ ਜਾਮ ਦੂਰ ਉਹ ਭਾਗੈ, ਮਤ ਮਾਰੇ ਹਰ ਜੋਗੇ ਪ੍ਰਵਾਹ ਹੈ। ਉਸ ਵੇਲੇ ਨਾਮ ਜਪਣ ਵਾਲਿਆਂ ਨੂੰ ਆਉਂਦਾ ਸੁਣ ਕੇ ਜਾਮ ਦੂਤ ਜਿਹੜੇ ਨੇ ਦੂਰ ਭੱਜ ਜਾਂਦੇ ਨੇ, ਮਤਾ ਸਾਨੂੰ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਮਾਰ ਦੇਵੇ, ਸਾਡਾ ਕਿਤੇ ਨਾਸ ਕਰਦੇ ਨੇ। ਤੋ ਐਸਾ ਗਰੀਬ ਨਿਵਾਜ ਪਾਤਸ਼ਾਹ ਜੀ ਵਚਨ ਕਰਦੇ ਕਿ ਜਾਮ ਦੂਤ ਵੀ ਨਾਮ ਜਪਣ ਵਾਲਿਆਂ ਦੇ ਨੇੜੇ ਨਹੀਂ ਆਉਂਦੇ ਹਨ।
ਵਿਸ਼ਰਾਮ ਦੇ ਕਰਕੇ ਸਦਾਈ ਦੇ ਕਰਕੇ ਕਿ ਸਤਿਗੁਰਾਂ ਦਾ ਉਪਦੇਸ਼ ਹੈ ਜੋ ਤੇਰਾ ਰੰਗ ਰਾਤੇ ਸਵਾਮੀ। ਤੋ ਗਰੀਬ ਰਵਾਜ ਪਾਤਸ਼ਾਹੀ ਅੱਗੇ ਵਚਨ ਕਰ ਰਹੇ ਨੇ ਕਿ ਹੇ ਮੇਰੇ ਸਵਾਮੀ, ਹੇ ਮੇਰੇ ਮਾਲਕ, ਜੋ ਤੇਰੇ ਨਾਮ ਦੇ ਵਿੱਚ, ਜੋ ਤੇਰੇ ਰੰਗ ਦੇ ਵਿੱਚ, ਜੋ ਤੇਰੇ ਆਨੰਦ, ਜੋ ਤੇਰੇ ਪ੍ਰੇਮ ਦੇ ਵਿੱਚ ਰਾਤੇ ਰੰਗੇ ਜਾਂਦੇ ਹਨ, ਜਨਮ ਮਰਨ ਦੁੱਖ ਨਾਸਾ। ਗਰੀਬ ਨਵਾਜ ਪਾਤਸ਼ਾਹ ਜੀ ਉਹਨਾਂ ਦੇ ਜਿਹੜਾ ਜਨਮ ਤੇ ਜਨਮ ਧਾਰ ਕੇ ਸੰਸਾਰ ਦੇ ਵਿੱਚ ਆਉਣਾ ਤੇ ਮਰ ਮਰ ਕੇ ਸੰਸਾਰ ਤੋਂ ਜਾਣਾ, ਉਹਨਾਂ ਦਾ ਜਿਹੜਾ ਜਨਮ ਸੀ ਨਾਸਾ, ਨਸ ਗਿਆ ਭਾਵ ਦੌੜ ਗਿਆ, ਤੇ ਨਾਸਾ ਨਾਮ ਹੁੰਦਾ ਨਾਸ ਹੋਣ ਦਾ, ਭਾਵ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਉਹਨਾਂ ਦਾ ਜਿਹੜਾ ਜਨਮ ਮਰਨ ਦਾ ਦੁੱਖ ਸੀ ਉਹ ਮੇਰੇ ਅਕਾਲ ਪੁਰਖ ਤੁਸੀਂ ਦੂਰ ਕਰ ਦਿੱਤਾ, ਤੋ ਨਸ ਗਿਆ ਉਹਨਾਂ ਦਾ ਨਾਸ ਹੋ ਗਿਆ ਉਹਨਾਂ ਦਾ ਜਨਮ ਮਰਨ ਦਾ ਦੁੱਖ। ਤੋ ਹੇ ਅਕਾਲ ਪੁਰਖ ਵਾਹਿਗੁਰੂ ਜੀ, ਜਿਹੜੀ ਤੇਰੀ ਬਖਸ਼ਿਸ਼ ਹੈ, ਜੋ ਤੂੰ ਕਿਸੇ ਦੇ ਰਹਿਮਤ ਕਰਨੀ ਹੋਵੇ, ਜੋ ਤੇਰਾ ਐਸਾ ਤੇਰੇ ਪ੍ਰੇਮ ਦੇ ਵਿੱਚ ਰੰਗਿਆ ਹੋਇਆ ਜਿਹਦੇ ਰਹਿਮਤ ਕਰਨੀ ਹੋਵੇ ਉਸ ਨੂੰ ਕੋਈ ਮੇਟ ਨਹੀਂ ਸਕਦਾ ਹੈ, ਤੇ ਇਸ ਕਰਕੇ ਉਹਨੂੰ ਕੋਈ ਰੋਕ ਨਹੀਂ ਸਕਦਾ ਹੈ। ਭਰੋਸੇ ਦਾ ਹੈ, ਧੀਰਜ ਦਾ ਹੈ ਕਿ ਸਾਨੂੰ ਤੇ ਸਾਡੇ ਆਪਣੇ ਸਤਿਗੁਰਾਂ ਦਾ ਦਿਲਾਸਾ, ਭਰੋਸਾ, ਧੀਰਜ ਹੈ। ਸੁੱਖ ਫਲ ਪਾਏ ਨੇ, ਐਸੇ ਗੁਰਮੁਖ ਪਿਆਰੇ ਸੁੱਖਾਂ ਰੂਪੀ ਫਲ ਪ੍ਰਾਪਤ ਕਰਦੇ ਨੇ, ਸੰਸਾਰ ਦਾ ਸੁੱਖ ਤੇ ਪਰਲੋਕ ਦਾ ਸੁੱਖ ਵੀ ਪ੍ਰਾਪਤ ਹੁੰਦਾ ਹੈ, ਇੱਥੋਂ ਤੱਕ ਕਿ ਸੁੱਖ ਫਲ ਪਾਏ ਨੇ, ਸੁੱਖਾਂ ਦਾ ਦੇਣ ਵਾਲਾ, ਸੁੱਖਾਂ ਨੂੰ ਫਲਾਂ ਨੂੰ ਦੇਣ ਵਾਲਾ ਉਹ ਫਲਦਾ ਦਾਤਾ ਜਿਹੜਾ ਹੈ ਸੁੱਖ ਸਰੂਪ ਪਰਮੇਸ਼ਰ, ਉਹ ਵੀ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਆਠ ਪਹਿਰ ਆਰਾਧ ਹੈ, ਪਰ ਉਹਨਾਂ ਦੀ ਰਹਿਮਤ ਹੁੰਦੀ ਹੈ, ਆਠ ਪਹਿਰ ਆਰਾਧ ਹੈ, ਜਿਹੜੇ ਅੱਠੇ ਪਹਿਰ ਪਰਮੇਸ਼ਰ ਵਾਹਿਗੁਰੂ ਦੇ ਵਿੱਚ ਜੁੜੇ ਰਹਿੰਦੇ ਨੇ। ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਅੱਠੇ ਪਹਿਰ ਹੈ ਇੱਕ ਪਹਿਲਵ ਹੈ ਮਨੇਨ ਹੁਕਮਾਂ ਪਾਰ, ਅੱਠ ਪੈਰ ਕਹਿੰਦੇ ਉਹਨਾਂ ਦੀ ਸਮਾਧੀ ਜੁੜੀ ਰਹਿੰਦੀ ਹੈ, ਉਹ ਕਾਰ ਵਿਹਾਰ ਕਰਦੀਆਂ ਹੋਇਆਂ ਵੀ, ਜਿਵੇਂ ਮਹਾਰਾਜ ਕਹਿੰਦੇ ਕਹਾਤ ਪਾਓ ਕਰ ਕਾਮ ਸਾਹਿਬ ਚੀਤ ਨਿਰੰਜਨ ਨਾਲ, ਐਸੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ। ਤੇ ਇਸ ਪ੍ਰਕਾਰ ਹਰ ਵੇਲੇ ਪਰਮੇਸ਼ਰ ਦੇ ਨਾਲ ਜੁੜੇ ਹੋਏ ਉਸ ਵਾਹਿਗੁਰੂ ਨੂੰ ਆਰਾਧਦੇ ਰਹਿੰਦੇ ਨੇ। ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ, ਸ੍ਰਾਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰੱਤਿਆ ਦਰਗਹ ਪਾਈਆ ਠਾਓ, ਐਸੇ ਫਿਰ ਗੁਰਮੁਖ ਪਿਆਰੇ ਆਰਾਧਦੇ ਨੇ, ਉਹਨਾਂ ਨੂੰ ਸੁੱਖ ਸਰੂਪ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ, ਔਰ ਮਾਲਕ ਦੀ ਦਰਗਾਹ ਸੱਚਖੰਡ ਦੇ ਵਿੱਚ ਉਹਨਾਂ ਨੂੰ ਥਾਂ ਦੀ ਜਗ੍ਹਾ ਦੀ ਪ੍ਰਾਪਤੀ ਹੁੰਦੀ ਹੈ। ਇਸ ਕਰਕੇ ਹੇ ਮੇਰੇ ਅਕਾਲ ਪੁਰਖ ਵਾਹਿਗੁਰੂ ਜੀ, ਤੇਰੇ ਭਰੋਸੇ ਦੇ ਨਾਲ, ਤੇਰੇ ਪ੍ਰਵਾਸੇ ਦੇ ਨਾਲ, ਤੇਰੀ ਸ਼ਰਨ ਦੇ ਵਿੱਚ ਪਿਆ ਹੋਇਆ ਗੁਰਮੁਖ ਪਿਆਰਿਆਂ ਨੇ, ਤੇਰੇ ਗਿਆਨ ਰੂਪੀ ਖੰਡੇ ਨੂੰ ਲੈ ਕਰਕੇ, ਭਗਤੀ ਰੂਪੀ ਤਲਵਾਰ ਨੂੰ ਲੈ ਕੇ, ਪ੍ਰੇਮ ਦੀ ਢਾਲ ਨੂੰ ਲੈ ਕੇ, ਜਿਹੜੇ ਪੰਜ ਦੁਸ਼ਟ ਦੀ ਪੰਜ ਵਿਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ, ਔਰ ਇਸੇ ਪ੍ਰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ, ਐਸੇ ਜਿਹੜੇ ਵਿਸ਼ੇ ਸੀ ਉਹਨਾਂ ਨੂੰ ਗੁਰਮੁਖ ਪਿਆਰੇ ਨੇ ਸਾਧ ਲਿਆ, ਉਹਨਾਂ ਨੂੰ ਆਪਣੇ ਵਸ ਵਿੱਚ ਕਰ ਲਿਆ, ਉਹਨਾਂ ਨੂੰ ਮਾਤ ਦੇ ਦਿੱਤੀ। ਗਰੀਬ ਨਵਾਜ ਪਾਤਸ਼ਾਹ ਜੀ ਅਕਾਲ ਪੁਰਖ ਦੇ ਸਾਹਮਣੇ ਬਿਰਤੀ ਕੀਤੀ ਹੋਏ ਵਚਨ ਕਰ ਰਹੇ ਨੇ ਕਿ ਹੇ ਹਰੀ ਅਕਾਲ ਪੁਰਖ ਵਾਹਿਗੁਰੂ ਦੀਨਾ ਬੰਧੂ ਪਰਮੇਸ਼ਰ ਜੀਓ, ਗਿਆਨ ਧਿਆਨ ਕਿਛ ਕਰਮ ਨਾ ਜਾਣਾ। ਮਹਾਰਾਜ, ਨਾ ਮੇਰੇ ਕੋਲ ਕੋਈ ਗਿਆਨ, ਨਾ ਮੈਨੂੰ ਕੋਈ ਧਿਆਨ, ਤੇ ਨਾ ਹੀ ਮੈਂ ਕਿਸੇ ਪ੍ਰਕਾਰ ਦਾ ਕੋਈ ਕਰਮ ਕਰਨਾ ਜਾਣਦਾ। ਇਹਦਾ ਮਤਲਬ ਇਹ ਨਹੀਂ ਕਿ ਸਤਿਗੁਰਾਂ ਨੂੰ ਕੋਈ ਗਿਆਨ ਨਹੀਂ ਸੀ, ਸਤਿਗੁਰਾਂ ਦਾ ਧਿਆਨ ਨਹੀਂ ਸੀ ਟਿਕਦਾ, ਜਾਂ ਸਤਿਗੁਰੂ ਮਹਾਰਾਜ ਜੀ ਕੋਈ ਸ੍ਰੇਸ਼ਟ ਕਰਮ ਕਰਨਾ ਨਹੀਂ ਸੀ ਜਾਣਦੇ। ਇਹ ਗਰੀਬ ਨਵਾਜ ਪਾਤਸ਼ਾਹ ਜੀ ਨੇ ਪੂਰਨੇ ਪਾਏ ਨੇ, ਜਿਸ ਤਰ੍ਹਾਂ ਦੇ ਨਾਲ ਅਧਿਆਪਕ ਅੱਗੇ ਅੱਗੇ ਪੂਰਨੇ ਪਾਉਂਦਾ ਹੈ, ਪਿੱਛੇ ਪਿੱਛੇ ਵਿਦਿਆਰਥੀ ਲਿਖਦਾ ਹੈ, ਤੋ ਗਰੀਬ ਨਵਾਜ ਪਾਤਸ਼ਾਹ ਜੀ ਆਪ ਸਰਬ ਕਲਾ ਸਮਰੱਥ ਉਸ ਅਕਾਲ ਪੁਰਖ ਦਾ ਹੀ ਸਰੂਪ ਨੇ, ਪਰ ਪੂਰਨੇ ਪਾਏ ਗੁਰਸਿੱਖਾ, ਜਦੋਂ ਵੀ ਆਪਣੇ ਗੁਰੂ ਕੀ ਸ਼ਰਨ ਦੇ ਵਿੱਚ ਜਾਣਾ ਇਉਂ ਬੇਨਤੀਆਂ ਕਰਨੀਆਂ।
ਕਦੇ ਵੀ ਤੇਰੇ ਅੰਦਰ ਹੰਕਾਰ ਨਾ ਆਵੇ, ਕਦੇ ਵੀ ਤੇਰੇ ਅੰਦਰ ਹੰਕਾਰ ਨਾ ਆਵੇ। ਐ ਨਾ ਹੋਵੇ ਕਿ ਮੈਂ ਬੜਾ ਗਿਆਨੀ ਆ, ਮੈਂ ਬੜਾ ਧਿਆਨੀ ਆ, ਮੈਂ ਬੜੇ ਸ੍ਰੇਸ਼ਟ ਕਰਮਾਂ ਨੂੰ ਕਰਨਾ ਜਾਣਦਾ। ਇਸ ਕਰਕੇ ਐਸਾ ਨਿਮਰਤਾ ਦੇ ਵਿੱਚ ਬੇਨਤੀਆਂ ਕਰਨੀਆਂ, ਗਰੀਬ ਦਵਾਰ ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਨਾ ਮੈਂ ਕੋਈ ਗਿਆਨ ਜਾਣਦਾ, ਨਾ ਮੈਂ ਕੋਈ ਧਿਆਨ ਜਾਣਦਾ, ਨਾ ਕੋਈ ਕਰਮ ਜਾਣਦਾ। ਗਰੀਬ ਨਿਵਾਜ ਪਾਤਸ਼ਾਹ ਜੀ ਇਹਦੇ ਨਾਲ ਦੇ ਮਿਲਦੇ ਜੁਲਦੇ ਬਚਨ ਕਰਦੇ ਨੇ, ਗੁਰਮੁਖ ਪਿਆਰੇ ਨਿਤਨੇ ਵੀ ਹਰ ਰੋਜ਼ ਪੜ੍ਹਦੇ ਸੁਣਦੇ ਨੇ। ਜਪ ਤਪ ਸੰਜਮ ਕਿਸ ਕਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸਰਨ ਭਰੇ ਕੀ ਰੱਬ ਵਰਮਾ। ਐਸੀਆਂ ਬੇਨਤੀਆਂ ਗਰੀਬ ਨਿਵਾਜ ਪਾਤਸ਼ਾਹ ਜੀ ਰਹਿ ਰਾਜ ਬਾਣੀ ਦੇ ਵਿੱਚ ਆਪਾਂ ਹਰ ਰੋਜ਼ ਪੜ੍ਹਦੇ ਹਾਂ। ਮਹਾਰਾਜ ਜਪ ਤਪ ਸੰਜਮ, ਨਾ ਮੈਨੂੰ ਕੋਈ ਜਾਪ ਕਰਨਾ ਆਉਂਦਾ, ਨਾ ਕੋਈ ਤਪ ਕਰਨਾ ਆਉਂਦਾ, ਨਾ ਇੰਦਰੀਆਂ ਦਾ ਦਮਨ ਕਰਨਾ ਆਉਂਦਾ। ਜਾਪ ਤਪ ਸੰਜਮ ਕਿਸ ਕਰਮ, ਨਾ ਕੋਈ ਮੈਂ ਕਰਮ ਕਮਾਇਆ, ਨਾ ਮੈਂ ਸਾਧੂ ਸਤਿਗੁਰਾਂ ਦੀ ਸਤਿਪੁਰਸ਼ਾਂ ਦੀ ਕੋਈ ਸੇਵਾ ਹੀ ਕੀਤੀ ਹੈ। ਇਸ ਕਰਕੇ ਨਾ ਹਰੀ ਅਕਾਲ ਪੁਰਖ ਵਾਹਿਗੁਰੂ ਨੂੰ ਜਾਣਿਆ, ਮੈਂ ਨੀਚ ਕਰਮ ਬੜੇ ਕੀਤੇ ਨੇ, ਪਰ ਤੇਰੀ ਸ਼ਰਨ ਦੇ ਵਿੱਚ ਹਾਂ। ਜੋ ਤੇਰੀ ਸ਼ਰਨ ਦੇ ਵਿੱਚ ਆ ਜਾਂਦਾ, ਉਹਨਾਂ ਦੀ ਤੂੰ ਲਾਜ ਰੱਖਦਾ, ਉਹਨਾਂ ਦੀ ਇੱਜ਼ਤ ਰੱਖਦਾ, ਉਹਨਾਂ ਦਾ ਲੋਕ ਪ੍ਰਲੋਕ ਸੁਹੇਲਾ ਕਰਦਾ। ਮੇਰੇ ਵਾਸਤੇ ਇੰਨਾ ਹੀ ਬਹੁਤ ਹੈ ਕਿ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ। ਇਸ ਤਰ੍ਹਾਂ ਦੀ ਨਾਲ ਸਾਧ ਸੰਗਤ ਜੀ ਗੁਰਸਿੱਖ ਨੇ ਬੇਨਤੀਆਂ ਕਰਨੀ, ਗਰੀਬ ਨਿਵਾਜ, ਨਾ ਕੋਈ ਗਿਆਨ, ਨਾ ਕੋਈ ਧਿਆਨ, ਤੇ ਨਾ ਹੀ ਮੈਂ ਕੋਈ ਸ੍ਰੇਸ਼ਟ ਕਰਮ ਕਰਨਾ ਜਾਣਦਾ ਹਾਂ। ਸਾਰ ਨਾਮ ਹੁੰਦਾ ਖਬਰਦਾਰ, ਹੇ ਗਰੀਬ ਨਿਵਾਜ ਪਾਤਸ਼ਾਹ ਜੀ ਤੂੰ ਕਿੱਥੇ ਵੱਸਦਾ, ਤੇਰਾ ਕਿਹੋ ਜਿਹਾ ਸਰੂਪ ਹੈ, ਐਸੀ ਸਾਰ ਐਸੀ ਖਬਰ ਨੂੰ ਵੀ ਮੈਂ ਗਰੀਬ ਨਿਵਾਜ ਪਾਤਸ਼ਾਹ ਜੀ ਨਹੀਂ ਜਾਣਦਾ ਹਾਂ। ਗਰੀਬ ਨਿਵਾਜ ਪਾਤਸ਼ਾਹ ਜੀ ਵਚਨ ਕਰ ਰਹੇ ਨੇ, ਅਕਾਲ ਪੁਰਖ ਵਾਹਿਗੁਰੂ ਦੇ ਸਰਗੁਣ ਸਰੂਪ, ਪਹਿਲੇ ਸਰੂਪ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਵਡਿਆਈ ਕਰਦਿਆਂ ਹੋਇਆ ਗਰੀਬ ਨਿਵਾਜ ਗੁਰੂ ਅਰਜਨ ਦੇ ਮਹਾਰਾਜ ਜੀ ਵਚਨ ਕਰ ਰਹੇ ਨੇ ਕਿ ਸਭ ਤੋਂ ਵੱਡਾ ਸਤਿਗੁਰ ਨਾਨਕ। ਦੁਨੀਆਂ ਦੇ ਵਿੱਚ ਵੱਡੇ ਬਹੁਤ ਨੇ, ਪੈਗੰਬਰ, ਪੀਰ, ਔਲੀਏ, ਕਿਸੇ ਨੇ ਬ੍ਰਹਮਾ ਨੂੰ ਵੱਡਾ ਮੰਨਿਆ, ਕਿਸੇ ਨੇ ਵਿਸ਼ਨੂੰ ਨੂੰ ਮੰਨਿਆ, ਕਿਸੇ ਨੇ ਮਹੇਸ਼ ਨੂੰ ਮੰਨਿਆ, ਪਰ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਸਤਿਗੁਰ ਨਾਨਕ। ਸਾਰਿਆਂ ਤੋਂ ਵੱਡਾ ਮੇਰਾ ਸਤਿਗੁਰ ਨਾਨਕ ਦੇਵ ਮਹਾਰਾਜ, ਅਕਾਲ ਪੁਰਖ ਅੰਤਰਜਾਮੀ ਹਨ। ਜਿਸ ਸਤਿਗੁਰੂ ਸਾਹਿਬਾਂ ਨੇ ਕਾਲਯੁਗ ਦੇ ਸਮੇਂ ਦੇ ਵਿੱਚ ਸਾਡੀ ਪੱਤ ਰੱਖੀ ਹੈ, ਸਾਡੀ ਇੱਜ਼ਤ ਰੱਖੀ ਹੈ, ਐਸੇ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਸਾਰਿਆਂ ਤੋਂ ਵੱਡੇ ਨੇ, ਸਾਰਿਆਂ ਤੋਂ ਮਹਾਰਾਜ ਜੀ ਸ੍ਰੇਸ਼ਟ ਨੇ, ਤੇ ਗਰੀਬ ਨਿਵਾਜ ਪਾਤਸ਼ਾਹ ਜੀ ਪੂਰਨ ਨੇ। ਤੋ ਸਾਧ ਸੰਗਤ ਜੀ ਦੁਨੀਆਂ ਦੇ ਵਿੱਚ ਅਵਤਾਰ ਸਮੇਂ ਸਮੇਂ ਤੇ ਸ੍ਰਿਸ਼ਟੀ ਦਾ ਉਧਾਰ ਕਰਨ ਵਾਸਤੇ, ਸ੍ਰਿਸ਼ਟੀ ਦਾ ਭਲਾ ਕਰਨ ਵਾਸਤੇ ਆਉਂਦੇ ਰਹੇ। ਜਿਹਨਾਂ ਅਵਤਾਰਾਂ ਨੇ ਸੰਸਾਰ ਦੇ ਵਿੱਚ ਅਵਤਾਰ ਧਾਰਿਆ, ਵਿਦਵਾਨ ਪੁਰਸ਼ਾਂ ਨੇ ਸਾਧ ਸੰਗਤ ਜੀ ਛੇ ਪ੍ਰਕਾਰ ਦੇ ਅਵਤਾਰ ਮੰਨੇ ਨੇ, ਛੇ ਹਿੱਸਿਆਂ ਦੇ ਵਿੱਚ ਉਹਨਾਂ ਨੂੰ ਵੰਡਿਆ। ਇੱਕ ਅੰਸਾ ਅਵਤਾਰ, ਅਵੇਸਾ ਅਵਤਾਰ, ਕਲਾ ਅਵਤਾਰ, ਨਿਤ ਅਵਤਾਰ, ਨਿਮਿਤ ਅਵਤਾਰ ਤੇ ਪੂਰਨ ਅਵਤਾਰ। ਜਿਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਪ੍ਰਿਥੂ ਰਾਜਾ ਵਰਗਾ ਵੀ ਹੋਏ, ਜਿਹਨਾਂ ਦੇ ਵਿੱਚ ਕੁਝ ਕੁ ਅੰਸ਼ ਸੀ ਪਰਮਕਾਰ ਲਈ, ਤਾਂ ਐਸਾ ਉਹਨਾਂ ਨੂੰ ਜਿਹੜਾ ਸੀ ਅੰਸਾ ਅਵਤਾਰ ਮੰਨਿਆ ਗਿਆ। ਔਰ ਇਸੇ ਪ੍ਰਕਾਰ ਪਰਸ਼ੁਰਾਮ ਜਿਹੜਾ ਜਗਦੰਬਨੀ ਰਿਸ਼ੀ ਦਾ ਪੁੱਤਰ, ਵਿਸ਼ਨੂੰ ਦਾ ਹੀ ਅਵਤਾਰ ਸੀ। ਪਹਿਲਾਂ ਕੋਈ ਇਹਦੇ ਵਿੱਚ ਸ਼ਕਤੀ ਨਹੀਂ, ਪਰ ਬੰਦਗੀ ਤਦ ਕਰਦਿਆਂ ਹੋਏ ਅੰਦਰ ਸ਼ਕਤੀਆਂ ਪ੍ਰਵੇਸ਼ ਹੋ ਗਈਆਂ, ਇਸ ਕਰਕੇ ਅਵੇਸ਼ਾ ਅਵਤਾਰ। ਔਰ ਇਸੇ ਪ੍ਰਕਾਰ ਕਲਾ ਅਵਤਾਰ, ਜਿਵੇਂ ਮਸ਼ ਤੇ ਕਾਸ਼ ਅਵਤਾਰ, ਬਰਾਹ ਅਵਤਾਰ ਹੋਏ ਨੇ, ਇਹਨਾਂ ਨੂੰ ਕਲਾ ਅਵਤਾਰ ਮੰਨਿਆ ਗਿਆ। ਔਰ ਇਸੇ ਪ੍ਰਕਾਰ ਨਿਤ ਅਵਤਾਰ, ਜਿਹੜਾ ਸਾਧੂ ਸਤਿਪੁਰਖਾਂ ਮਹਾਂਪੁਰਖਾਂ ਦੇ ਰੂਪ ਦੇ ਵਿੱਚ ਹੋ ਰਿਹਾ, ਉਹ ਅਕਾਲ ਪੁਰਖ ਦਾ ਨਿਤ ਅਵਤਾਰ ਹੈ। ਸਾਧ ਰੂਪ ਆਪਣਾ ਤਨ ਧਾਰਿਆ, ਉਹ ਅਕਾਲ ਪੁਰਖ ਵਾਹਿਗੁਰੂ ਨੇ ਆਪਣੀ ਜੋਤ ਦਾ ਕਿਣਕਾ ਸਾਧੂਆਂ ਦੇ ਸਰੂਪ ਦੇ ਰੂਪ ਦੇ ਵਿੱਚ ਧਾਰਨ ਕੀਤਾ ਸੰਸਾਰ ਦਾ ਭਲਾ ਕਰਨ ਵਾਸਤੇ। ਇਹ ਨਿਤ ਦਾ ਅਵਤਾਰ ਹੈ, ਕਿਉਂਕਿ ਮਹਾਂਪੁਰਖ ਸੰਸਾਰ ਤੇ ਨਿਤ ਹੀ ਨੇ, ਤੇ ਇਸ ਪ੍ਰਕਾਰ ਇੱਕ ਜੇ ਸਤਿਖੰਡ ਨੂੰ ਜਾਂਦਾ, ਦੂਜੇ ਦੀ ਡਿਊਟੀ ਲੱਗਦੀ, ਇਸ ਕਰਕੇ ਨਿਤ ਅਵਤਾਰ। ਔਰ ਇਸੇ ਪ੍ਰਕਾਰ ਨਿਮਿਤ ਅਵਤਾਰ, ਨਿਮਿਤ ਨਾਲ ਹੁੰਦਾ ਕਾਰਨ ਦਾ, ਜਿਸ ਤਰ੍ਹਾਂ ਦੇ ਨਾਲ ਸਾਧ ਸੰਗਤ ਜੀ ਪ੍ਰਹਿਲਾਦ ਦੀ ਰੱਖਿਆ ਕਰਨ ਵਾਸਤੇ, ਤੇ ਇਸ ਪ੍ਰਕਾਰ ਨਰਸਿੰਘ ਦਾ ਅਵਤਾਰ ਹੋਇਆ, ਉਹ ਨਿਮਿਤ ਸੀ, ਉਹ ਕਾਰਨ ਸੀ। ਔਰ ਇਸੇ ਪ੍ਰਕਾਰ ਬਲ ਰਾਜਾ ਦੀ ਤੋਂ ਐਸਾ ਛਲਣ ਵਾਸਤੇ, ਤੇ ਇਸ ਪ੍ਰਕਾਰ ਜਦੋਂ ਬਾਵਨ ਅਵਤਾਰ, ਬਵੰਜਾ ਅੰਗਲਾਂ ਵਾਲਾ ਅਵਤਾਰ ਹੋਇਆ, ਉਹਨੂੰ ਵੀ ਸਾਧ ਸੰਗਤ ਜੀ ਨਿਮਿਤ ਅਵਤਾਰ, ਉਹ ਦੇਵਤਿਆਂ ਦੀ ਰੱਖਿਆ ਕਰਨ ਵਾਸਤੇ, ਔਰ ਬਲ ਰਾਜਾ ਨੂੰ ਛੱਡ ਤੇ ਉਹਦਾ ਹੰਕਾਰ ਤੋੜਨ ਵਾਸਤੇ ਸੀ, ਤੇ ਇਸ ਪ੍ਰਕਾਰ ਐਸਾ ਨਿਮਿਤ ਅਵਤਾਰ। ਔਰ ਇਸੇ ਪ੍ਰਕਾਰ ਪੂਰਨ ਅਵਤਾਰ ਮੰਨਿਆ ਗਿਆ, ਜਿਹਦੇ ਵਿੱਚ ਪੂਰਨਤਾ ਹੀ ਹੋਵੇ। ਜਿਸ ਤਰ੍ਹਾਂ ਦੇ ਨਾਲ ਹਿੰਦੂ ਧਰਮ ਦੇ ਵਿੱਚ ਭਗਵਾਨ ਸ਼੍ਰੀ ਰਾਮ ਚੰਦਰ ਔਰ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਨੂੰ ਪੂਰਨ ਅਵਤਾਰ ਮੰਨਿਆ ਗਿਆ, ਕਿ 14 ਕਲਾਂ ਦੇ ਮਾਲਕ
ਭਗਵਾਨ ਰਾਮ ਜੀ ਹੋਏ ਤੇ 16 ਕਲਾ ਦੇ ਮਾਲਕ ਭਗਵਾਨ ਕ੍ਰਿਸ਼ਨ ਜੀ ਹੋਏ ਤੇ ਇਸ ਪ੍ਰਕਾਰ ਐਸਾ ਮੰਨਿਆ ਗਿਆ। ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਵਿੱਚ 14 ਜਾਂ 16 ਗਿਣਤੀ ਨੇ, ਕੋਈ ਕਲਾ ਨਹੀਂ। ਤਾਂ ਮਹਾਰਾਜ ਕਹਿੰਦੇ ਤੁਰਕੀ ਬਾਣੀ ਦਾ ਫੁਰਮਾਨ ਕਿ 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹੇ ਹਨ। ਗਰੀਬ ਨਵਾਜ ਜੀ ਬਿਆਤ ਕਲਾ ਬਿਆਤ ਸ਼ਕਤੀਆਂ ਲੈ ਕਰਕੇ ਆਏ, ਇਸ ਕਰਕੇ ਮਹਾਰਾਜ ਜੀ ਦੇ ਵਿੱਚ ਇਹਨਾਂ ਤੋਂ ਵਿਸ਼ੇਸ਼ਤਾ ਤੇ ਇਹਨਾਂ ਅਵਤਾਰਾਂ ਤੋਂ ਸਤਿਗੁਰਾਂ ਦੇ ਵਿੱਚ ਵਿਸ਼ੇਸ਼ਤਾ ਆਈ ਹੈ। ਇਹਨਾਂ ਦੇ ਵਿੱਚ ਕਿਤੇ ਊਨਤਾ ਹੀ ਆ ਜਾਂਦੀ ਹੈ, ਪਰ ਸਤਿਗੁਰ ਮਹਾਰਾਜ ਜੀ ਪੂਰਨ। ਟੂਕ ਮਾਤਰ ਮੈਂ ਬੇਨਤੀ ਕਰਾਂ, ਜਦੋਂ ਸ੍ਰੀ ਰਾਮ ਚੰਦਰ ਜੀ ਸੀਤਾ ਨੂੰ ਵਰਨ ਵਾਸਤੇ ਗਏ ਨੇ, ਉਸ ਵੇਲੇ ਸੀਤਾ ਦੇ ਨਾਲ ਦੀਆਂ ਜਿਹੜੀਆਂ ਗੋਲੀਆਂ ਸਾਰੀਆਂ ਰਾਮ ਚੰਦਰ ਜੀ ਦੇ ਰੂਪ ਤੇ ਮੋਹਿਤ ਹੋ ਕੇ ਨਾਲ ਚੱਲਣ ਵਾਸਤੇ ਤਿਆਰ ਹੋਈਆਂ। ਪਰ ਰਾਮ ਚੰਦਰ ਜੀ ਕਹਿਣ ਲੱਗੇ ਦੁਆਪਰ ਦੇ ਵਿੱਚ ਕਿਸੇ ਰੂਪ ਦੇ ਵਿੱਚ ਆ ਕਰਕੇ ਤੁਹਾਡੇ ਨਾਲ ਰਹਾਂਗੇ। ਉਸ ਵੇਲੇ ਦੁਆਪਰ ਦੇ ਵਿੱਚ ਸਾਰਿਆਂ ਦੇ ਨਾਲ ਰਹੇ, ਪਰ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਜਦੋਂ ਸੰਗਲਾ ਦੀਪ ਦੇ ਵਿੱਚ ਰਾਜੇ ਸ਼ਿਵ ਨਾਮ ਨੂੰ ਤਾਰਨ ਵਾਸਤੇ ਗਏ ਨੇ, ਰਾਜੇ ਸ਼ਿਵ ਨਾਮ ਨੇ ਪਦਮਣੀ ਜਾਤੀ ਦੀਆਂ ਇਸਤਰੀਆਂ ਭੇਜੀਆਂ, ਉਸ ਵੇਲੇ ਆ ਕੇ ਸਤਿਗੁਰਾਂ ਦੇ ਅੱਗੇ ਹਾਵ ਭਾਵ ਕਰਨ ਲੱਗੀਆਂ। ਗਰੀਬ ਨਵਾਜ ਪਾਤਸ਼ਾਹ ਜੀ ਨੇ ਐਸਾ ਨਹੀਂ ਕਿਹਾ ਕਿ ਜਦੋਂ ਅੰਗਦ ਰੂਪ ਹੋ ਕਰਕੇ ਤਖਤਾਂ 'ਤੇ ਬੈਠਾਂਗੇ ਉਦੋਂ ਤੁਹਾਡੇ ਨਾਲ ਰਹਾਂਗੇ। ਗਰੀਬ ਨਵਾਜ ਪਾਤਸ਼ਾਹ ਜੀ ਨੇ ਉਹਨਾਂ ਦੀ ਕਾਮ ਵਾਸਨਾ ਹੀ ਮੇਟ ਦਿੱਤੀ, ਇਸ ਕਰਕੇ ਉਹਨਾਂ ਦੇ ਅੰਦਰ ਕਾਮ ਰਹਿਣ ਹੀ ਨਹੀਂ ਦਿੱਤਾ। ਇਸ ਪ੍ਰਕਾਰ ਗਰੀਬ ਨਵਾਜ ਪਾਤਸ਼ਾਹ ਜੀ 'ਤੇ ਐਸੀਆਂ ਵਿਸ਼ੇਸ਼ਤਾਈਆਂ ਬਹੁਤ ਨੇ, ਪਰ ਸਮਾਂ ਸਾਧ ਸੰਗਤ ਜੀ ਆਗਿਆ ਨਹੀਂ ਦਿੰਦਾ। ਜੋ ਸਮਾਂ ਪ੍ਰਬੰਧਕਾਂ ਵੱਲੋਂ ਮਿਲਿਆ ਸੀ ਉਹ ਸਮਾਂ ਸਮਾਪਤ ਹੈ ਤੇ ਨਾਲ ਦੀ ਨਾਲ ਮੈਂ ਆਪਣੀਆਂ ਵਿਚਾਰਾਂ ਨੂੰ ਸੰਕੋਚਾਂਗਾ। ਸਤਿਗੁਰੂ ਨਾਨਕ ਦੇਵ ਮਹਾਰਾਜ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਕਰਨ, ਰਹਿਮ ਕਰਨ, ਸਤਿਗੁਰਾਂ ਦਾ ਪਾਵਨ ਪਵਿੱਤਰ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ। ਗੁਰੂ ਕੇ ਸਿੱਖ ਗੁਰੂ ਕੇ ਸਿੰਘ ਸਜੀਏ, ਖੰਡੇ ਵਾਟ ਦਾ ਅੰਮ੍ਰਿਤ ਛਕੀਏ, ਤੋ ਸਤਿਗੁਰੂ ਮਹਾਰਾਜ ਦੀ ਦੱਸੀ ਹੋਈ ਸਿੱਖਿਆ ਨੂੰ ਕਮਾਈਏ, ਤੇ ਇਸ ਪ੍ਰਕਾਰ ਨਾਮ ਜਪਦਿਆਂ ਸਿਮਰਨ ਕਰਦਿਆਂ ਹੋਇਆਂ ਸਾਡਾ ਸਾਰਿਆਂ ਦਾ ਹੋਵੇ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪ ਹਮੇਲੇ। ਗੁਰਬਾਣੀ ਦੀ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋਣੀਆਂ ਸੁਭਾਵਕ ਨੇ, ਆਪ ਨੇ ਕਿਰਪਾ ਕਰਕੇ ਤੁਛ ਬੁੱਧੀ ਕਰਕੇ ਜਾਣਦੇ ਹੁਣ ਮਾਫ ਕਰਨੀਆਂ। ਸਤਿਗੁਰੂ ਦੀ ਰਹਿਮਤ ਬਖਸ਼ਿਸ਼ ਹੋਵੇ, ਆਪ ਜੀ ਦੀ ਅਸੀਸ ਪ੍ਰਾਪਤ ਹੋਵੇ ਕਿ ਅੱਗੋਂ ਵਾਸਤੇ ਹੋਰ ਵੀ ਸਰੇਟ ਮਾਪੋ ਦੇ ਨਾਲ ਤੁਰਕੀ ਬਾਣੀ ਦੇ ਇਤਿਹਾਸ ਵਿਚਾਰਾਂ ਕੀਤੀਆਂ ਜਾਣ, ਤਾਂ ਜੋ ਸਾਨੂੰ ਤੁਹਾਨੂੰ ਸਾਰਿਆਂ ਨੂੰ ਲਾਭ ਪ੍ਰਾਪਤ ਹੋਵੇ। ਦੋ ਅੰਤਲੀਆਂ ਪੰਕਤੀਆਂ ਪੜ੍ਹ ਕੇ ਵਿਚਾਰਾਂ ਨੂੰ ਸੰਕੋਚਦੇ ਹਾਂ ਜੀ। ਗਿਆਨ ਗਿਆਨ ਕੇਸ਼ ਕਰ